ਹੜ੍ਹ ਦਾ ਕਹਿਰ ਅਜੇ ਵੀ ਜਾਰੀ ਹੈ। ਇਸ ਵੇਲੇ ਅਸੀਂ ਮੌਜੂਦ ਹਾਂ ਜਲੰਧਰ ਦੇ ਗਿੱਦੜ ਪਿੰਡੀ ਪਿੰਡ ਦੇ ਵਿੱਚ, ਅਤੇ ਹੁਣ ਅਸੀਂ NDRF ਦੇ ਨਾਲ ਰਾਫਟ ਦੇ ਜ਼ਰੀਏ ਦੂਸਰੇ ਪਿੰਡ ਜਾ ਰਹੇ ਹੈਗੇ ਹਾਂ। ਜੇਕਰ ਗੱਲ ਕਰੀਏ ਇੱਥੇ ਦੇ ਮੰਜ਼ਰ ਦੀ, ਤਾਂ ਤੁਸੀਂ ਦੇਖ ਸਕਦੇ ਹੈਗੇ ਹੋ ਤੁਹਾਨੂੰ ਚਾਰੋਂ ਪਾਸੇ ਪਾਣੀ ਹੀ ਪਾਣੀ ਦਿਖਾਈ ਦੇਊਗਾ। ਕਨੈਕਟੀਵਿਟੀ ਸਾਰੀ ਟੁੱਟੀ ਹੋਈ ਹੈ। ਹਾਲਾਂਕਿ ਗੱਲ ਕਰੀਏ ਜੇਕਰ ਬਾੜ ਦੀ, ਤਾਂ ਬਾੜ ਦਾ ਪਾਣੀ ਜਿਹੜਾ ਹੈਗਾ ਜ਼ਰੂਰ ਘਟਣਾ ਸ਼ੁਰੂ ਹੋ ਚੁੱਕਿਆ, ਪਰ ਇਸ ਇਲਾਕੇ ਦੇ ਵਿੱਚ ਅਜੇ ਵੀ ਪਾਣੀ ਬਹੁਤ ਜ਼ਿਆਦਾ ਹੈ। ਲੋਕਾਂ ਦੇ ਘਰਾਂ ਦੀ ਕਨੈਕਟੀਵਿਟੀ ਬਿਲਕੁਲ ਟੁੱਟੀ ਹੋਈ ਹੈ। NDRF ਜਿਹੜੀ ਹੈ ਉਹ ਰਾਸ਼ਨ ਪਾਣੀ ਜਿਹੜਾ ਹੈ ਇਸ ਰਾਫਟ ਦੇ ਜ਼ਰੀਏ ਲੋਕਾਂ ਦੇ ਘਰਾਂ ਤੱਕ ਪਹੁੰਚਾ ਰਹੀ ਹੈ। ਤਾਂ ਉਹ ਤੁਸੀਂ ਦੇਖ ਸਕਦੇ ਹੋ ਉਸ ਸਟੇਸ਼ਨ ਤੋਂ, ਇਹ ਗਿੱਦੜ ਪਿੰਡੀ ਦਾ ਸਟੇਸ਼ਨ ਹੈ ਜਿੱਥੇ ਇਹ ਰਾਫਟ ਨੂੰ ਵੀ ਜਿਹੜਾ ਲੈ ਉਹ ਟਰੈਕਟਰ ਦੇ ਜ਼ਰੀਏ ਲੈ ਕੇ ਆਇਆ ਗਿਆ ਹੈ। ਹਾਲਾਂਕਿ ਉੱਥੇ ਪਾਣੀ ਹੁਣ 4-4, 5-5 ਫੁੱਟ ਹੋ ਚੁੱਕਿਆ ਹੈ, ਪਰ ਇੱਥੇ ਦੀ ਜੇਕਰ ਗੱਲ ਕਰੀਏ ਤਾਂ ਇੱਥੇ ਪਾਣੀ ਦੀ ਮਾਰ ਕਾਫੀ ਜ਼ਿਆਦਾ ਹੈ। ਸਾਡੇ ਨਾਲ ਇੰਸਪੈਕਟਰ ਰਾਮ ਲਾਲ ਜੀ ਮੌਜੂਦ ਨੇ। ਤੁਸੀਂ ਪਿਛਲੇ ਕਈ ਦਿਨਾਂ ਤੋਂ ਇੱਥੇ ਲਗਾਤਾਰ ਮੌਜੂਦ ਹੈਗੇ ਹੋ, ਸੇਵਾ ਨਿਭਾ ਰਹੇ ਹੈਗੇ ਹੋ, ਮੰਜ਼ਰ ਕੀ ਹੈਗਾ, ਕੀ ਸਥਿਤੀ ਥੋੜ੍ਹੀ ਕੰਟਰੋਲ ਦੇ ਵਿੱਚ ਆਉਣੀ ਸ਼ੁਰੂ ਹੋਈ ਹੈ? ਜੀ, ਮੈਂ ਯਹਾਂ, ਮੇਰੀ ਟੀਮ 18 ਤਾਰੀਖ ਸੇ ਹੈ ਔਰ ਹਮ ਲੋਗ 18 ਤਾਰੀਖ ਸੇ ਕਾਮ ਕਰ ਰਹੇ ਹੈਂ ਯਹਾਂ ਪੇ। ਅਭੀ ਕਾਫੀ ਹੱਦ ਤੱਕ ਆਪਕੋ ਜੋ ਆਜ ਦਿਖਾਈ ਦੇ ਰਹੇ, ਕਾਫੀ ਹੱਦ ਤੱਕ ਬਹੁਤ ਕਮ ਹੋ ਗਿਆ ਹੈ। ਕਰੀਬ 6-7 ਫਿਟ ਪਾਣੀ ਕਾ ਲੇਵਲ ਨੀਚੇ ਚਲਾ ਗਿਆ ਹੈ ਅਭੀ। ਪਹਿਲੇ ਸਥਿਤੀ ਬਹੁਤ ਖਰਾਬ ਥੀ ਔਰ ਤਬ ਸੇ ਹਮ ਲੋਗ ਕੰਟੀਨਿਊ ਯਹਾਂ ਕਾਮ ਕਰ ਰਹੇ ਹੈਂ। ਹਰ ਘਰ ਮੇਂ, ਹਰ ਘਰ ਤੱਕ ਰਾਸ਼ਨ ਪਹੁੰਚ ਚੁੱਕਾ ਹੈ ਅਭੀ ਔਰ ਪ੍ਰਸ਼ਾਸਨ ਵੀ ਪੂਰਾ ਰਾਸ਼ਨ ਕੀ ਸਪਲਾਈ ਮੇਂ ਕੋਈ ਦਿੱਕਤ ਨਹੀਂ। ਹਮਾਰੇ ਸਾਥ ਫੂਡ ਸਪਲਾਈ ਵਾਲਾ ਇੰਸਪੈਕਟਰ ਵੀ ਕੰਟੀਨਿਊ ਹੈ। ਅਭੀ ਹਮਨੇ ਹਰ ਗਾਓਂ ਮੇਂ ਪਹਿਲੇ ਜੋ ਮੇਰੀ ਬੋਟ ਗਈ ਥੀ, ਹਰ ਜਗ੍ਹਾ ਹਮਨੇ ਪਹਿਲੇ ਮੈਡੀਕਲ ਟੀਮ ਡ੍ਰੌਪ ਕਰੀ, ਉਸ ਮੇਂ ਮੈਡੀਕਲ ਆਫਿਸਰ ਹੈ, ਵੈਟਨਰੀ ਡਾਕਟਰ ਹੈ, ਕਿ ਪਸ਼ੂਓਂ ਕੋ ਜ਼ਿਆਦਾ ਲੋਡ ਪੜੇਗੀ, ਜੈਸੇ ਪਾਣੀ ਘਟੇਗਾ ਤੋ ਪਸ਼ੂਓਂ ਕੋ ਇਲਾਜ ਕੀ ਜ਼ਿਆਦਾ ਜ਼ਰੂਰਤ ਪੜੇਗੀ। ਉਸਕੇ ਲਈ ਹਮਨੇ ਪ੍ਰਸ਼ਾਸਨ ਕੀ ਮਦਦ ਸੇ ਹਰ ਜਗ੍ਹਾ ਹਮਨੇ ਜੋ ਪ੍ਰਸ਼ਾਸਨ ਯਹਾਂ ਪੇ ਡਾਕਟਰ ਭੇਜ ਰਹੇ ਹੈ, ਤੋ ਪਹਿਲੇ ਹਮ ਪ੍ਰਿਓਰਟੀ ਮੇਂ ਡਾਕਟਰਸ ਕੋ ਵਹਾਂ ਭੇਜ ਰਹੇ ਹੈ। ਅਭੀ ਹਮਨੇ ਰਾਸ਼ਨ ਲਗਭਗ ਪੂਰੇ ਘਰੋਂ ਮੇਂ ਹਮਨੇ ਇੱਕ ਵਾਰ ਪਹੁੰਚਾ ਦਿਆ, ਸਭ ਘਰੋਂ ਮੇਂ ਸਫੀਸ਼ੀਐਂਟ ਹੈ ਖਾਣੇ ਕੇ ਲਈ। ਬਾਕੀ ਅਭੀ ਜੋ ਡਾਕਟਰਸ ਹੈ ਔਰ ਅਭੀ ਪਸ਼ੂਓਂ ਕਾ ਜੋ ਇਲਾਜ ਹੈ ਔਰ ਜੋ ਬਿਮਾਰ ਲੋਕ ਉਨਕੇ ਇਲਾਜ ਕੇ ਲਈ ਡਾਕਟਰਸ ਕੀ ਟੀਮ ਜਾ ਰਹੀ ਹੈ, ਇਹ ਆਪ ਦੇਖ ਹੀ ਰਹੇ ਜੋ ਹਮਾਰਾ ਰਾਸ਼ਨ ਹੈ। ਅਭੀ ਵੀ ਜਹਾਂ ਪਾਣੀ ਕੀ ਲੋਡ ਹੈ ਹਮ ਪਾਣੀ ਪਹੁੰਚਾ ਰਹੇ ਹੈ, ਜਹਾਂ ਰਾਸ਼ਨ ਕੀ ਲੋਡ ਹੈ ਰਾਸ਼ਨ ਪਹੁੰਚਾ ਰਹੇ ਹੈ। ਕਈ ਜਗ੍ਹਾ ਕੇ ਲਗਭਗ ਮੋਸਟਲੀ ਸਰਪੰਚੋਂ ਕੇ ਨੰਬਰ ਮੇਰੇ ਪਾਸ ਐਡ ਹੈ, ਜੋ ਮੁਝੇ ਫੋਨ ਕਰਕੇ ਕਹਤੇ ਹੈ ਕਿ ਇੰਸਪੈਕਟਰ ਸਾਹਿਬ ਹਮਾਰੇ ਘਰ ਮੇਂ ਪਾਣੀ ਖਤਮ ਹੋਣੇ ਵਾਲਾ ਹੈ, ਤੋ ਉਹ ਤਬ ਉਹ ਖਤਮ ਹੋਣੇ ਸੇ ਪਹਿਲੇ ਹਮ ਉਨਕੇ ਘਰ ਮੇਂ ਪਾਣੀ ਪਹੁੰਚਾ ਰਹੇ ਹੈ, ਐਸੀ ਕੋਈ ਵੀ ਦਿੱਕਤ ਯਹਾਂ ਪੇ ਨਹੀਂ। ਬਿਲਕੁਲ, ਇੰਸਪੈਕਟਰ ਰਾਮਲਾਲ ਦੇ ਨਾਲ ਜਿਹੜੇ ਇੱਥੋਂ ਦੇ ਪਿੰਡ ਵਾਸੀ ਹੈਗੇ ਨੇ, ਸਰਪੰਚ ਹੈਗੇ ਨੇ, ਉਹ ਕੰਟੈਕਟ ਦੇ ਵਿੱਚ ਹੈਗੇ ਨੇ, ਨੰਬਰ ਜਿਹੜਾ ਹੈਗਾ ਉਹਨਾਂ ਨੂੰ ਦਿੱਤਾ ਹੋਇਆ, ਕਿਸੇ ਵੀ ਤਰੀਕੇ ਦੀ ਕੋਈ ਆਫਤ ਆਉਂਦੀ ਹੈਗੀ ਹੈ ਤਾਂ ਇਹਨਾਂ ਨੂੰ ਕੰਟੈਕਟ ਕੀਤਾ ਜਾਂਦਾ ਹੈ। ਪਿਛਲੇ 18 ਦਿਨਾਂ ਤੋਂ ਇਹ ਇੱਥੇ ਹੀ ਸੇਵਾਵਾਂ ਨਿਭਾ ਰਹੇ ਹੈਗੇ ਨੇ, ਤਾਂ ਦੇਖ ਸਕਦੇ ਹੈਗੇ ਹੋ ਕਿ ਜਿੱਥੇ ਤੁਸੀਂ ਨਜ਼ਰ ਮਾਰੋਗੇ ਤੁਹਾਨੂੰ ਪਾਣੀ ਹੀ ਪਾਣੀ ਦਿਖਾਈ ਦੇਊਗਾ। ਤਾਂ ਇਹ ਆਲਮ ਇੱਥੇ ਦਾ ਇਸ ਪਿੰਡ ਦਾ ਰੱਖਿਆ, ਘਰ ਜਿਹੜੇ ਨੇ ਉਹ ਡੁੱਬੇ ਹੋਏ ਨੇ, ਘਰ ਡੁੱਬੇ ਹੋਏ ਨੇ, ਲੋਕ ਛੱਤਾਂ ਦੇ ਉੱਤੇ ਨੇ, ਪਰ ਕੋਸ਼ਿਸ਼ ਇਹੀ ਹੈ ਕਿ ਲੋਕਾਂ ਨੂੰ ਖਾਣਾ ਜਿਹੜਾ ਹੈ ਉਹ ਪਹੁੰਚਾਇਆ ਜਾ ਸਕੇ। ਜਿੱਥੇ ਪ੍ਰਸ਼ਾਸਨ ਮਦਦ ਕਰ ਰਿਹਾ ਉੱਥੇ ਹੀ ਕੁਝ ਸਮਾਜ ਸੇਵੀ ਸੰਸਥਾ ਵੀ ਜਿਹੜੀਆਂ ਉਹ ਵੀ ਅੱਗੇ ਵੱਧ ਚੜ੍ਹ ਕੇ ਹਿੱਸਾ ਲੈ ਰਹੀਆਂ ਨੇ, ਪਰ ਇੱਥੇ ਪ੍ਰਸ਼ਾਸਨ ਹੀ ਜਾ ਸਕਦਾ ਹੈਗਾ, ਰਾਫਟ ਦੇ ਜ਼ਰੀਏ ਹੀ ਜਾਇਆ ਜਾ ਸਕਦਾ ਹੈਗਾ। ਤਾਂ ਜਿੱਥੇ ਵੀ ਤੁਹਾਡੀ ਨਜ਼ਰ ਜਾਊਗੀ ਤੁਹਾਨੂੰ ਪਾਣੀ ਹੀ ਪਾਣੀ ਦਿਖਾਈ ਦੇਊਗਾ। ਵੱਡੀ ਗੱਲ ਇਹ ਹੈਗੀ ਹੈ ਕਿ ਹੁਣ ਪਾਣੀ ਜਿਵੇਂ ਜਿਵੇਂ ਘਟਣਾ ਸ਼ੁਰੂ ਹੋਇਆ ਉਵੇਂ ਉਵੇਂ ਬਿਮਾਰੀਆਂ ਵੀ ਫੈਲਣੀਆਂ ਸ਼ੁਰੂ ਹੋ ਚੁੱਕੀਆਂ ਨੇ। ਮੱਛਰਦਾਨੀਆਂ ਇਹਨਾਂ ਦੇ ਵੱਲੋਂ ਦਿੱਤੀਆਂ ਜਾ ਰਹੀਆਂ ਨੇ, ਪਾਣੀ ਦਿੱਤਾ ਜਾ ਰਿਹਾ, ਦਵਾਈਆਂ ਦਿੱਤੀਆਂ ਜਾ ਰਹੀਆਂ ਨੇ, ਵੈਟਨਰੀ ਡਾਕਟਰ ਇੱਥੇ ਬੁਲਾਏ ਗਏ ਨੇ, ਮੈਡੀਕਲ ਟੀਮ ਇੱਥੇ ਪਹੁੰਚੀਆਂ ਹੋਈਆਂ ਨੇ, ਫੂਡ ਇੰਸਪੈਕਟਰ ਇੱਥੇ ਪਹੁੰਚੇ ਹੋਏ ਨੇ। ਤਾਂ ਉਹ ਦੇਖੋ, ਉਹ ਰਾਫਟ ਜਿਹੜੀ ਹੈਗੀ ਹੈ ਉਹ ਉੱਥੇ ਇਸ ਵੇਲੇ ਰਾਸ਼ਨ ਦੇ ਰਹੀ ਹੈ। ਤਾਂ NDRF ਦੀ ਟੀਮ ਇਸ ਤਰੀਕੇ ਦੇ ਨਾਲ ਜਿਹੜਾ ਹੈ ਆਪਣੀਆਂ ਸੇਵਾਵਾਂ ਨਿਭਾ ਰਹੀ ਹੈ, ਆਪਣਾ ਜਿਹੜਾ ਕੰਮ ਕਰ ਰਹੀ ਹੈ। ਇਹ ਪੂਰਾ ਜਿਹੜਾ ਮੰਜ਼ਰ ਤੁਸੀਂ ਵੇਖ ਸਕਦੇ ਹੈਗੇ ਹੋ, ਇਹ ਕਹਿਰ ਜਲੰਧਰ ਦੇ ਜਿਹੜਾ ਇਲਾਕਾ ਹੈਗਾ ਗਿੱਦੜ ਪਿੰਡੀ ਤੋਂ ਮੰਡਾਲਾ ਉੱਥੇ ਦਾ ਹੈ। ਉਹ ਬੰਨ ਜਿਹੜਾ ਤੁਸੀਂ ਦੇਖ ਸਕਦੇ ਹੋ, ਉਹ ਬ੍ਰਿਜ ਦਾ ਕੰਮ ਅਜੇ ਤੱਕ ਜਾਰੀ ਹੈਗਾ, ਬੰਨ ਜਿਹੜਾ ਹੈਗਾ ਉਹ ਜੋੜਿਆ ਜਾ ਰਿਹਾ, ਕਿਉਂਕਿ ਬੰਨ ਟੁੱਟਣ ਦੇ ਕਾਰਨ ਇਹ ਪਾਣੀ ਜਿਹੜਾ ਸੀਗਾ ਸਾਰਾ ਇੱਧਰ ਪਿੰਡਾਂ ਦੇ ਵਿੱਚ, ਖੇਤਾਂ ਦੇ ਵਿੱਚ ਆ ਚੁੱਕਿਆ ਸੀਗਾ। ਤਾਂ ਇਹ ਬੰਨ ਜਿਹੜਾ ਹੈ ਇਸ ਨੂੰ ਜੋੜਨ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਜਾ ਰਹੀ ਹੈ। ਲੋਕ ਪਿੰਡਾਂ ਤੋਂ ਬੋਰੀਆਂ ਭਰ ਭਰ ਕੇ ਮਿੱਟੀ ਦੀਆਂ ਇੱਥੇ ਲੈ ਕੇ ਆ ਰਹੇ ਨੇ।
ਇਹਨਾਂ ਨੂੰ ਜਿਹੜਾ ਹੈ ਉਹ ਬੰਨ ਜੋੜਨ ਦੇ ਲਈ ਸਮੱਗਰੀ ਦਿੱਤੀ ਜਾ ਰਹੀ ਹੈ। ਇਸ ਕਰਕੇ NDRF ਦੀ ਟੀਮ ਇੱਥੇ ਵੀ ਪਹੁੰਚ ਕੇ ਇਹਨਾਂ ਨੂੰ ਵੀ ਸਹਿਯੋਗ ਦੇ ਰਹੀ ਹੈ। ਪਾਣੀ ਦੀ ਮਾਰ ਪਈ ਹੈ, ਸਭ ਤੋਂ ਵੱਧ ਦਿੱਕਤ ਪਾਣੀ ਦੀ ਹੋ ਰੱਖੀ ਹੈ। ਪੀਣ ਦੇ ਲਈ ਪਾਣੀ ਜਿਹੜਾ ਹੈ ਉਹ ਸਾਫ਼ ਸੁਥਰਾ ਪਾਣੀ ਨਹੀਂ ਹੈ, ਇਸ ਕਰਕੇ ਪਾਣੀ ਜਿਹੜਾ ਹੈਗਾ ਵੱਧ ਤੋਂ ਵੱਧ ਦਿੱਤਾ ਜਾ ਰਿਹਾ। ਗੱਲ ਕਰੀਏ ਬਿਮਾਰੀਆਂ ਦੀ ਤਾਂ ਬਿਮਾਰੀਆਂ ਵੀ ਇੱਥੇ ਫੈਲਣੀਆਂ ਸ਼ੁਰੂ ਹੋ ਰਹੀਆਂ ਨੇ, ਕਿਉਂਕਿ ਗੰਦਾ ਪਾਣੀ ਖੜ੍ਹਾ ਹੋ ਰਿਹਾ, ਮੱਛਰ ਇੱਥੇ ਹੋ ਰਹੇ ਨੇ। ਇਸ ਕਰਕੇ NDRF ਦੀ ਟੀਮ ਵੱਲੋਂ ਹਰ ਇੱਕ ਪ੍ਰੀਕੋਸ਼ਨ ਜਿਹੜਾ ਹੈ ਉਹ ਲਿੱਤਾ ਜਾ ਰਿਹਾ ਤਾਂ ਕਿ ਕਿਸੇ ਵੀ ਤਰੀਕੇ ਦੀ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ। ਇਸ ਕਰਕੇ ਡਾਕਟਰਸ ਦੀ ਟੀਮ ਅੱਜ ਇਸ ਪਿੰਡ ਦੇ ਵਿੱਚ ਪਹੁੰਚ ਚੁੱਕੀ ਹੈ। ਜਿਸ ਤਰੀਕੇ ਨਾਲ ਅਸੀਂ ਰਾਫਟ ਦੇ ਵਿੱਚ ਬਹਿ ਕੇ ਹੁਣ ਅੱਗੇ ਜਾ ਰਹੇ ਹੈਗੇ ਹਾਂ, ਉਸੇ ਤਰੀਕੇ ਨਾਲ ਡਾਕਟਰਸ ਦੀ ਟੀਮ ਵੀ ਰਾਫਟ ਦੇ ਵਿੱਚ ਬਹਿ ਕੇ ਅੱਗੇ ਗਈ ਹੈ। ਮੈਡੀਕਲ ਟੀਮ ਉਹਨਾਂ ਦੇ ਨਾਲ ਪੂਰੀ ਹੈਗੀ ਹੈ, ਉਹਨਾਂ ਦੇ ਵੱਲੋਂ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ, ਉਹਨਾਂ ਦੇ ਵੱਲੋਂ ਇੰਜੈਕਸ਼ਨਸ ਲਗਵਾਏ ਜਾ ਰਹੇ ਨੇ। ਕਿਹਾ ਜਾ ਰਿਹਾ ਕਿ ਲੋਕਾਂ ਨੂੰ ਪਾਣੀ ਕਰਕੇ ਕਾਫੀ ਸਮੱਸਿਆ ਆ ਰਹੀ ਹੈ, ਪੀਣ ਦਾ ਪਾਣੀ ਸਾਫ਼ ਸੁਥਰਾ ਨਾ ਹੋਣ ਕਰਕੇ ਉਹਨਾਂ ਨੂੰ ਡਾਇਰੀਆ ਹੋ ਰਿਹਾ, ਉਹਨਾਂ ਨੂੰ ਲੂਜ਼ ਮੋਸ਼ਨ ਵਰਗੀਆਂ ਬਿਮਾਰੀਆਂ ਹੋ ਰਹੀਆਂ ਨੇ। ਖਾਸ ਤੌਰ ਦੇ ਉੱਤੇ ਡਰ ਹੈ ਉਹ ਹੈ ਡੇਂਗੂ ਦਾ, ਕਿਉਂਕਿ ਮੱਛਰ ਵੀ ਜਿਹੜੇ ਨੇ ਉਹ ਕਾਫੀ ਜ਼ਿਆਦਾ ਇੱਥੇ ਹੋ ਚੁੱਕੇ ਨੇ। ਤਾਂ ਦੇਖ ਸਕਦੇ ਹੋ ਲੋਕ ਕਿਵੇਂ ਆਪਣੇ ਘਰਾਂ ਦੇ ਵਿੱਚੋਂ ਬਾਹਰ ਨਿਕਲ ਕੇ ਜਾਇਜ਼ਾ ਲੈ ਰਹੇ ਨੇ। ਗੰਦਗੀ ਕਾਫੀ ਜ਼ਿਆਦਾ ਇੱਥੇ ਆ ਚੁੱਕੀ ਹੈ, ਗੰਦਗੀ ਕਾਫੀ ਹੋਣ ਦੇ ਕਾਰਨ ਇੱਥੇ ਬਦਬੂ ਕਾਫੀ ਹੋ ਰਹੀ ਹੈ, ਡੰਗਰ ਜਿਹੜੇ ਨੇ ਉਹ ਕਾਫੀ ਜ਼ਿਆਦਾ ਇੱਥੇ ਪ੍ਰਭਾਵਿਤ ਹੋਏ ਨੇ। ਤੁਸੀਂ ਦੇਖ ਸਕਦੇ ਹੋ ਇਹ ਜਗ੍ਹਾ ਹੈ ਜਿੱਥੇ ਡੰਗਰਾਂ ਨੂੰ ਬੰਨਿਆ ਜਾਂਦਾ ਹੈ, ਤਾਂ ਉਸ ਜਗ੍ਹਾ ਦੇ ਉੱਤੇ ਪਾਣੀ ਜਿਹੜਾ ਹੈ ਕਿੰਨਾ ਕਿੰਨਾ ਪਹੁੰਚਿਆ ਹੋਇਆ। ਉਹ ਬਜ਼ੁਰਗ ਤੁਸੀਂ ਵੇਖ ਸਕਦੇ ਹੋ, ਉਹ ਬਜ਼ੁਰਗਾਂ ਦੇ ਲੱਕ ਤੱਕ ਪਾਣੀ ਜਿਹੜਾ ਹੈ ਤੁਹਾਨੂੰ ਵੇਖਣ ਨੂੰ ਮਿਲੇਗਾ। ਉਹ ਬਜ਼ੁਰਗ ਆਪ ਜਿਹੜਾ ਹੈ ਉਹ ਇੱਥੇ ਆ ਕੇ ਜਾਇਜ਼ਾ ਲੈ ਰਹੇ ਨੇ। ਜਿਹੜੀ ਗੰਦਗੀ ਆਈ ਹੋਈ ਹੈ, ਪਾਨ ਪੱਤਾ ਜਿਹੜਾ ਕਿ ਆ ਜਾਂਦਾ ਹੈ, ਇਸ ਨੂੰ ਸਾਫ਼ ਕੀਤਾ ਜਾ ਰਿਹਾ ਹੈ। ਕੋਠਿਆਂ ਦੇ ਉੱਤੇ ਇਹਨਾਂ ਦੇ ਵੱਲੋਂ ਟੈਂਟ ਲਾ ਕੇ ਆਪਣਾ ਰਹਿਣ ਬਸੇਰਾ ਜਿਹੜਾ ਹੈ ਉਹ ਬਣਾਇਆ ਗਿਆ। ਇਹ ਥਾਂ ਜਿਹੜੀ ਤੁਸੀਂ ਦੇਖ ਰਹੇ ਹੋ, ਇੱਥੇ ਪਸ਼ੂ ਰੱਖੇ ਜਾਂਦੇ, ਡੰਗਰ ਰੱਖੇ ਜਾਂਦੇ ਸੀਗੇ, ਪਰ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਇੱਥੇ ਵੀ ਪ੍ਰਭਾਵ ਪਿਆ ਹੋਇਆ, ਇਹ ਸਾਫ਼ ਤੌਰ ਦੇ ਉੱਤੇ ਤਸਵੀਰਾਂ ਬਿਆਨ ਕਰਦੀਆਂ। ਉੱਥੇ ਦੂਸਰੇ ਪਾਸੇ ਤੁਸੀਂ ਦੇਖੋਗੇ ਟੈਂਟ ਜਿਹੜਾ ਹੈ ਉਹ ਲਗਾਇਆ ਹੋਇਆ, ਟੈਂਟ ਲਗਾ ਕੇ ਉੱਥੇ ਬਰੀਚਿੰਗ ਦਾ ਕੰਮ ਜਿਹੜਾ ਹੈ ਉਹ ਚੱਲ ਰਿਹਾ। ਲੋਕ ਜਿਹੜੇ ਨੇ ਉਹ ਉੱਪਰ ਕੋਠਿਆਂ ਦੇ ਉੱਤੇ ਮੌਜੂਦ ਹੈਗੇ ਨੇ। ਉਹਨਾਂ ਦੇ ਵੱਲੋਂ ਆਸ ਜਿਹੜੀ ਹੈਗੀ ਇਹੀ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਪਾਣੀ ਜਿਹੜਾ ਹੈਗਾ ਉਹ ਇੱਥੋਂ ਦੀ ਕੱਢਿਆ ਜਾਵੇ, ਇੱਥੋਂ ਦੀ ਨਿਕਲੇ, ਤਾਂ ਕਿ ਉਹ ਲੋਕ ਜਿਹੜੇ ਹੈਗੇ ਸਹੀ ਸਲਾਮਤ ਆਪਣੀ ਜਿਹੜੀ ਜ਼ਿੰਦਗੀ ਹੈਗੀ ਹੈ ਉਹ ਸ਼ੁਰੂ ਕਰ ਸਕਣ। ਤਾਂ ਕਿੰਨੀਆਂ ਦਿੱਕਤਾਂ ਜਿਹੜੀਆਂ ਹੈਗੀਆਂ ਉਹਦਾ ਸਾਹਮਣਾ ਕਰਨਾ ਪੈਂਦਾ ਹੈਗਾ, ਕਿਉਂਕਿ ਇੱਥੇ ਗੰਦਗੀ ਕਾਫੀ ਜ਼ਿਆਦਾ ਹੈਗੀ ਹੈ। ਤੁਸੀਂ ਤਾਰਾਂ ਦੇਖ ਸਕਦੇ ਹੈਗੇ ਹੋ ਕਿ ਬਿਜਲੀਆਂ ਖੰਭੇ ਦੀ ਤਾਰਾਂ ਕਿਸ ਤਰੀਕੇ ਦੇ ਨਾਲ ਲੈਵਲ ਤੱਕ ਪਹੁੰਚੀਆਂ ਹੋਈਆਂ ਨੇ, ਕਿਸ ਲੈਵਲ ਤੱਕ ਇਹ ਤਾਰਾਂ ਆਈਆਂ ਹੋਈਆਂ ਨੇ, ਕਿ ਲੈਵਲ ਦੇਖ ਕੇ ਪਤਾ ਚੱਲ ਸਕਦਾ ਕਿ ਪਾਣੀ ਕਿੰਨਾ ਜ਼ਿਆਦਾ ਹੈਗਾ। ਤਾਂ ਇਹ ਦਿੱਕਤ ਜਿਹੜੀ ਹੈਗੀ ਹੈ ਜ਼ਰੂਰ ਇੱਥੇ ਲੋਕਾਂ ਨੂੰ ਆ ਰਹੀ ਹੈਗੀ ਹੈ, ਲੋਕ ਪਰੇਸ਼ਾਨ ਹੋ ਰਹੇ ਨੇ, ਪਰ ਕਿਤੇ ਨਾ ਕਿਤੇ NDRF ਵੱਲੋਂ ਇਹਨਾਂ ਨੂੰ ਸਹਿਯੋਗ ਦਿੱਤਾ ਜਾ ਰਿਹਾ, NDRF ਦੇ ਵੱਲੋਂ ਇਹਨਾਂ ਦੀ ਮਦਦ ਕੀਤੀ ਜਾ ਰਹੀ ਹੈ। ਉੱਥੇ ਹੀ ਪਿੰਡ ਦੇ ਲੋਕ ਜਿਹੜੇ ਨੇ ਉਹ ਬੰਨ ਜਿਹੜਾ ਟੁੱਟਿਆ ਹੋਇਆ ਉਸਨੂੰ ਜੋੜਨ ਦੇ ਲਈ ਵੀ ਪੂਰੀ ਕੋਸ਼ਿਸ਼ ਕਰ ਰਹੇ ਹੈਗੇ ਨੇ, ਪੂਰੀ ਕੋਸ਼ਿਸ਼ ਇਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਕਿ ਜਲਦੀ ਜਲਦ ਜਿਹੜਾ ਹੈ ਉਹ ਬੰਨ ਜੋੜਿਆ ਜਾਵੇ, ਜਿਹੜਾ ਪਾਣੀ ਹੁਣ ਪਿੰਡਾਂ ਦੇ ਵਿੱਚ ਜ਼ਿਆਦਾ ਵੱਧ ਰਿਹਾ ਇਸ ਨੂੰ ਰੋਕਿਆ ਜਾ ਸਕੇ। ਲੋਕ ਇੰਤਜ਼ਾਰ ਕਰ ਰਹੇ ਨੇ ਕਿ ਕਦੋਂ ਇਹ ਬੰਨ ਟੁੱਟੂਗਾ ਅਤੇ ਕਦੋਂ ਇਹਨਾਂ ਦੀ ਰੋਜ਼ਮਰ੍ਹਾ ਦੀ ਜ਼ਿੰਦਗੀ ਜਿਹੜੀ ਹੈਗੀ ਹੈ ਉਹ ਸ਼ੁਰੂ ਹੋਏਗੀ। ਕਾਫੀ ਜ਼ਿਆਦਾ ਲੋਕ ਇੱਥੇ ਇਸ ਪ੍ਰਭਾਵ ਥੱਲੇ ਆਏ ਹੈਗੇ ਨੇ। ਤਾਂ ਉਹ ਦੇਖੋ ਲੋਕ ਕਿਵੇਂ ਜਿਹੜੇ ਹੈ ਉਹ ਇਸ਼ਾਰਿਆਂ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਤਾਂ ਇਹਨਾਂ ਦੇ ਵੱਲੋਂ ਮੈਸੇਜ ਦਿੱਤਾ ਗਿਆ ਕਿ ਪੀਣ ਦਾ ਪਾਣੀ ਭੇਜਿਆ ਜਾਵੇ, ਤਾਂ ਹੁਣ ਅਗਲੀ ਜਦੋਂ ਗੇੜੇ ਦੇ ਵਿੱਚ ਇੱਥੇ ਆਇਆ ਜਾਊਗਾ ਤਾਂ ਇੱਥੇ ਪੀਣ ਦਾ ਪਾਣੀ ਵੀ ਭੇਜਿਆ ਜਾਊਗਾ ਅਤੇ ਜੋ ਵੀ ਇਹਨਾਂ ਨੂੰ ਬਣਨ ਦੀ ਜ਼ਰੂਰਤ ਹੋਊਗੀ ਉਹ ਇੱਥੇ ਦਿੱਤੀ ਜਾਊਗੀ। ਤਾਂ ਇਹ ਬੰਨ ਟੁੱਟਿਆ ਹੋਇਆ। ਰਾਮ ਲਾਲ ਜੀ, ਬੰਨ ਕਿੰਨਾ ਸੀਗਾ ਅਤੇ ਕਿਸ ਤਰੀਕੇ ਦੇ ਨਾਲ ਇੱਥੇ ਕੰਮ ਚੱਲ ਰਿਹਾ ਹੈਗਾ? ਇਹ ਜੋ ਬੰਨ ਥਾ ਜਬ ਮੈਂ ਯਹਾਂ 18 ਤਾਰੀਖ ਕੋ 19 ਤਾਰੀਖ ਕੋ ਆਇਆ ਥਾ ਉਸ ਸਮੇਂ ਯਹਾਂ ਪੇ ਪਾਣੀ ਕਮ ਥਾ ਟੂਟਾ ਨਹੀਂ ਥਾ। ਇਹ 19 ਤਾਰੀਖ ਸ਼ਾਮ ਕੇ ਸਮੇਂ ਇਹ ਬ੍ਰਿਜ ਹੁਆ ਹੈ ਔਰ ਇਹ ਜੋ ਆਪਕੋ ਦਿਖਾਈ ਦੇ ਰਹਾ ਹੈ ਇਹ ਬੰਨ ਇਤਨਾ ਇਸਕਾ ਹਾਈਟ ਥਾ, ਇਤਨਾ ਇਸਕਾ
और ये तब से बाद में धीरे धीरे जब ये क्योंकि इरोजन होता रहता है पानी के साथ उसके एक काम तुसी देख सकते हो चल रहा है बन जिहड़ा है वह जोड़िया जा रहा है तो रस्सी जिहड़ी है वह इत्थे लगी हुई है इस करके आ रस्सी नूं उपर किया जाएगा तो ब्रीचिंग का काम जिहड़ा है वह लगातार जारी है तो देख सकते हो बन काफ़ी ज़्यादा पाड़ पिया होया पूरा बन जिहड़ा तुसी देख सकते हो ये पाड़ पैन के कारण जिहड़ा है वह पानी अगे वध रहा है तो लोग लगातार जिहड़ा है वह इत्थे लगे हुए ने काम कर रहे ने बोरियां जिहड़ियां हैगियां लैके आई जा रही ने पर बन जिहड़ा है और देख सकते हो ये पूरा बन पैन के कारण पानी जिहड़ा है वह काफ़ी ज़्यादा इत्थे आ चुकया है तो राम लाल जी बन काफ़ी वड्डा हैगा उन्हां दे विच भी समस्या काफ़ी आ रही है ये बांध जो लोग सेवा वाले हैं उसमें काम कर रहे हैं प्रशासन को पूरा सपोर्ट कर रहा है यहाँ पे अपना काम कर रहे हैं इसमें टाइम तो लगेगा जब पानी का स्तर लो जाएगा लेवल लो जाएगा उसके बाद इसको बनाया जाएगा टाइम लगेगा इसमें टाइम लेंगे चीज़ें अगर पीछे से पानी नहीं कम अभी कम हो गया है काफ़ी तो ये पानी जैसे इससे पहले जो आगे वाला मेन बांध जो टूटा हुआ है जब पहले वो बनाएंगे वहीं से पानी नहीं आएगा तो तब जाके इस बांध पर काम अच्छे से चल जाएगा तो पीछे भी कोई कई बांध टूटे हुए ये सामने आपको दिखाई देगा वहाँ पे ब्रिज क्या हुआ है अगर आप देख पा रहे हैं कैमरा वहाँ तक जा पा रहा है तो वहाँ पे भी बांध टूटा जो मेन सतलुज का बांध है वहाँ से पानी इधर को आया है ये बांध 19 तारीख को मॉर्निंग में टूट गया था जब यहाँ पानी भरा और उसके बाद एक दिन बाद यहाँ पे टूटा जब यहाँ पे पानी का लेवल ज़्यादा चला गया था यहाँ पे हम उस दिन भी आए थे लोगों से रिक्वेस्ट कर रहे थे मैं स्पेशली बोर्ड लेके गया था घरों में कि आप लेडीजों को बच्चों को बुजुर्गों को बीमार उनको फैमिली मेंबर्स को आप वापस हमारे साथ बाहर भेज दिए ताकि वो सेफ जोन में रहें और आप लोग यहाँ इस जगह को खाली कर दो पीछे से पानी बहुत आ रहा था 273,000 क्यूसिक पानी आ रहा था पीछे से हम लोगों ने रिक्वेस्ट करी प्रशासन ने सबको अवेयर किया था कई लोगों ने अपने कैटल को शिफ्ट किया कई लोगों ने फैमिली मेंबर्स को शिफ्ट किया अच्छी बात है अभी कुछ लोग जो घरों में थे उन तक पूरा प्रशासन की तरफ से फूड इंस्पेक्टर हर बोर्ड में एक फूड इंस्पेक्टर साथ में जाता है जहां भी ज़रूरत पड़ती है फूड इंस्पेक्टर वहां से नोट करके लाता है सेकेंड बोर्ड में उनकी ज़रूरतों के सामान पहुँचाते हैं मौके पर यहाँ पर नायब तहसीलदार परमानेंट यहाँ बैठे हुए हैं जो भी दिक्कतें यहाँ पर आती हैं प्रशासन की तरफ से मुझे जो भी असिस्ट चाहिए मैं उनके थ्रू अपनी बात रखता हूँ यहाँ इंसिडेंट कमांडर SDM परमवीर सिंह हैं जो करतारपुर के SDM हैं वो हमें यहाँ असिस्ट कर रहे हैं IS हैं वो असिस्ट कर रहे हैं यहाँ पर तो किसी भी तरह की कोई दिक्कत यहाँ पे अभी सामान मुझे सामान के लिए नहीं आ रही है पूरा सामान मिल रहा है और हम लोग उसको पहुँचा रहे हैं गांव में हर एक सामान जिहड़ा हैगा NDRF दे वल्लों पहुँचाने की जिहड़ी हैगी है कोशिश की जा रही है फूड इंस्पैक्टर तुसीं देख सकते हैगे हो उन्हां दे वल्लों लगातार राबता जिहड़ा हैगा वह लोगों के नाल किया जा रहा है कुछ समान उन्हां नूं जेकर फोन आउंदा हैगा तो वह भी अपने नाल कॉपी ते पेन उन्होंने रख्या होया है तो वह नोट करते हैं वह समान इन्हां दे वल्लों लैके आया जाता है फूड इंस्पैक्टर नाल भी असीं गलबात करांगे कि किस तरीके की समस्यावान इतने इन्हों आ रही है किहो जिहा समान जिहड़ा हैगा वध तो वध इत्थे पहुँचाया जा रहा है क्योंकि समाज सेवी संस्था की गल करिए उन्होंने वालों भी राशन पानी जरूर लैके आया जा रहा है पर इन्हों जरूर पता होगा कि कौन सी चीज़ की सब तो वध जरूरत है तो वह समान जिहड़ा हैगा इत्थे पहुँचाया जाए तुसीं लगातार इत्थे हैगे हो किहो जिहा समस्यावान लोगों नूं आ रही है सब तो वध किस चीज़ की लोड़ हैगी है देखो सर राइट नाउ तो मतलब कि असीं पिछले ऑलमोस्ट एक वीक तो रेगुलर सप्लाई की हुई है राशन की लोगों नूं जिथे मतलब कि आम नहीं पहुँच सकते उत्थे प्रशासन दीआं बोट्स रेगुलर चल रही हैं NDRF की टीम सवेरे 6 बजे ऑपरेटिव हो जाती है तो ऑलमोस्ट शाम के 7 बजे तक ही ऑपरेटिव रही है देखो NDRF के वालों पूछा जा रहा है कि कुछ चाहिए तो नहीं है तो इन्होंने वालों हुण कहा गया है कि पानी चाहिए है तो पानी पीण का इत्थे दिता जा रहा है ये घर दे लोग
ਤੁਸੀਂ ਵੇਖੋਗੇ ਕਿਸ ਤਰੀਕੇ ਦੇ ਨਾਲ ਬਾਹਰ ਨਿਕਲ ਸਕਦੇ ਨੇ, ਜਿਹੜੇ ਕਿ ਚਾਰੋਂ ਪਾਣੀ ਹੀ ਪਾਣੀ ਹੈ, ਪਾਣੀ ਦਾ ਮੰਜ਼ਰ ਹੈ, ਕਿਸ਼ਤੀਆਂ ਇਹਨਾਂ ਦੇ ਵੱਲੋਂ ਆਪਣੀਆਂ ਲਿੱਤੀਆਂ ਹੋਈਆਂ ਨੇ, ਹੁਣ ਕਿਸ਼ਤੀਆਂ ਦੇ ਰਾਹੀਂ ਇਹ ਜਿਹੜਾ ਹੈ ਇਹ ਬਾਹਰ ਸਫ਼ਰ ਕਰ ਰਹੇ ਨੇ। ਠੀਕ ਹੈਗੇ ਹੋ? ਕਿਸ ਤਰੀਕੇ ਦੀ ਸਮੱਸਿਆ ਆ ਰਹੀ ਹੈਗੀ ਹੈ ਕਿ ਸਮਾਨ, ਕਿਉਂਕਿ ਦੇਖੋ ਇਹ ਪਹੁੰਚਾ ਰਹੇ ਹੈਗੇ ਨੇ, ਕਿ ਹੋਰ ਕੋਈ ਸਮਾਨ ਤੁਹਾਨੂੰ ਚਾਹੀਦਾ ਹੈਗਾ, ਕੋਈ ਮੈਸੇਜ ਤੁਸੀਂ ਲਾਉਣਾ ਚਾਹੁੰਦੇ ਹੈਗੇ ਪ੍ਰਸ਼ਾਸਨ ਨੂੰ? ਕੀ ਕੀ ਸਮੱਸਿਆਵਾਂ ਆ ਰਹੀਆਂ ਹੈਗੀਆਂ? ਜੇ ਕੋਈ ਸੇਵਾਦਾਰ ਆਉਂਦੇ ਪਿੱਛੇ ਹੀ, ਆਮ ਲੋਕ ਜਿਹੜੇ ਜਿਹੜੇ ਲੋਕ ਐਵੇਂ ਨਜਾਇਜ਼ ਲਈ ਜਾਂਦੇ ਆ, ਜਿੱਥੇ ਪਹੁੰਚਣਾ ਉੱਥੇ ਸਮਾਨ ਪਹੁੰਚ ਰਿਹਾ ਤਕਰੀਬਨ। ਸਮਾਨ ਨੂੰ ਪਹੁੰਚਾਉਣ ਦੀ ਜਿਹੜੀ ਹੈਗੀ ਜ਼ਰੂਰ ਕੋਸ਼ਿਸ਼ ਕੀਤੀ ਜਾ ਰਹੀ ਹੈ ਐਨਡੀਆਰਐਫ ਦੇ ਵੱਲੋਂ, ਉਹ ਤਮਾਮ ਜਗ੍ਹਾਵਾਂ ਦੇ ਉੱਤੇ ਸਮਾਨ ਜਿਹੜਾ ਹੈਗਾ ਉਹ ਪਹੁੰਚਾਇਆ ਜਾ ਰਿਹਾ। ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੈਗੀ ਹੈ? ਬਜ਼ੁਰਗੋ ਕਿਸੇ ਚੀਜ਼ ਦੀ ਲੋੜ ਹੈਗੀ ਹੈ ਤੁਹਾਨੂੰ? ਠੀਕ ਹੈਗਾ, ਤਾਂ ਪਾਣੀ ਦੀ ਲੋੜ ਜਿਹੜੀ ਹੈਗੀ ਹੈ ਇਹਨਾਂ ਦੇ ਵੱਲੋਂ ਦੱਸੀ ਗਈ ਹੈਗੀ ਹੈ, ਪਾਣੀ ਇਹਨਾਂ ਨੂੰ ਦਿੱਤਾ ਜਾ ਰਿਹਾ। ਤਾਂ ਇਹ ਕਿਸ਼ਤੀ ਕਿੱਥੋਂ ਤੁਸੀਂ ਲੈ ਕੇ ਆਏ ਹੋ? ਇਹ ਜਿਹੜੀ ਲੈ ਕੇ ਆਏ ਹੋ ਇਹ ਖਰੀਦੀ ਹੈ? ਹੁਣ ਇਹ ਕਿਸ਼ਤੀ ਰਾਹੀਂ ਤੁਸੀਂ ਅੱਗੇ ਕਿੱਥੇ ਜਾਂਦੇ ਹੈਗੇ? ਉੱਥੇ ਬੰਨ ਤੱਕ ਜਾਂਦੇ ਆ, ਆਉਣ ਜਾਣ ਕਰੀਦਾ ਜੀ, ਉਹ ਸਾਹਮਣੇ ਬੰਨ ਜਿਹੜਾ, ਕੋਈ ਵੀ ਚੀਜ਼ ਲੈਣ ਜਾਣੀ ਆ। ਇਹ ਕਾਲੂ ਮੁੰਡੀ, ਕਾਲੂ ਮੁੰਡੀ, ਤਾਂ ਇਹ ਘਰ ਦਾ ਵੀ ਜਿਹੜਾ ਹੈਗਾ ਅਸੀਂ ਜਾਇਜ਼ਾ ਲੈ ਕੇ ਆਵਾਂਗੇ। ਗਰਾਊਂਡ ਜ਼ੀਰੋ ਦੇ ਉੱਤੇ ਇੰਡੀਆ ਨਿਊਜ਼ ਪੰਜਾਬ ਦੀ ਟੀਮ ਜਿਹੜੀ ਹੈਗੀ ਆ ਉਹ ਪਹੁੰਚੀ ਹੋਈ ਹੈ, ਤੇ ਤੁਸੀਂ ਦੇਖ ਸਕਦੇ ਹੈਗੇ ਹੋ ਇਹ ਘਰ ਦੇ ਵਿੱਚ ਕਿਸ ਤਰੀਕੇ ਦਾ ਹਾਲ ਹੈਗਾ। ਲੋਕ ਜਿਹੜੇ ਹੈਗੇ ਨੇ ਉਹ ਪਰੇਸ਼ਾਨ ਨੇ। ਤਾਂ ਆ ਘਰ ਦਾ ਪਸ਼ੂ ਡੰਗਰ ਦੀ ਗੱਲ ਕਰੀਏ, ਪਸ਼ੂ ਡੰਗਰ ਠੀਕ ਹੈਗੇ ਨੇ? ਕਿੱਥੇ ਹੈਗੇ? ਉਹ ਪਹਿਲਾਂ ਹੀ ਇਹਨਾਂ ਦੇ ਵੱਲੋਂ ਬਾਹਰ ਕੱਢ ਦਿੱਤੇ ਸੀ, ਕਿਉਂਕਿ ਜਿਸ ਤਰੀਕੇ ਨਾਲ ਇੰਸਪੈਕਟਰ ਰਾਮ ਲਾਲ ਜੀ ਦੱਸ ਰਹੇ ਸੀਗੇ, ਇਹਨਾਂ ਦੇ ਵੱਲੋਂ ਸੁਨੇਹਾ ਲਾਇਆ ਗਿਆ ਸੀ ਕਿ ਤੁਸੀਂ ਆਪਣੇ ਪਸ਼ੂ ਡੰਗਰ ਬਾਹਰ ਕੱਢ ਦਿਓ, ਤਾਂ ਇਸ ਕਰਕੇ ਪਸ਼ੂ ਡੰਗਰ ਪਹਿਲਾਂ ਹੀ ਭੇਜ ਦਿੱਤੇ ਗਏ ਸੀਗੇ। ਆਹ ਘਰ ਦਾ ਹਾਲ ਹੈਗਾ, ਕਣਕ ਸਾਰੀ ਜਿਹੜੀ ਹੈਗੀ ਹੈ ਖਰਾਬ ਹੋ ਚੁੱਕੀ ਹੈ, ਇਹ ਕਣਕ ਜਿਹੜੀ ਹੈ ਇਹ ਖਰਾਬ ਹੋ ਚੁੱਕੀ ਹੈ, ਘਰ ਦੇ ਅੰਦਰ ਪਾਣੀ ਆ ਚੁੱਕਿਆ, ਜਿੱਥੇ ਤੱਕ ਦੇਖੋਗੇ ਤੁਸੀਂ ਦੀਵਾਰਾਂ ਜਿਹੜੀਆਂ ਹੈਗੀਆਂ ਸਲਾਬੀਆਂ ਪਈਆਂ, ਦੀਵਾਰਾਂ ਦੇ ਲੈਵਲ ਦੇਖ ਕੇ ਨਿਸ਼ਾਨਾ ਜਿਹੜਾ ਹੈਗਾ ਉਹ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਪਾਣੀ ਦੀ ਮਾਰ ਕਿੱਥੇ ਤੱਕ ਪਈ ਹੈਗੀ ਹੈ। ਘੱਟੋ ਘੱਟ 15 ਫੁੱਟ ਲੈਵਲ ਤੋਂ ਉੱਚਾ ਵਾ ਘਰ, ਫਿਰ ਵੀ 5-5-6 ਫੁੱਟ ਪਾਣੀ ਉੱਪਰ ਚੜ ਗਿਆ, 5-5-6 ਫੁੱਟ ਪਾਣੀ ਉੱਪਰ ਚੜ ਗਿਆ। ਅਜੇ ਇਹਨਾਂ ਦਾ ਘਰ ਹੋਰ ਲੋਕਾਂ ਨਾਲੋਂ 15 ਫੁੱਟ ਉੱਪਰ ਹੈਗਾ, ਤਾਂ ਇੱਥੇ ਅਜੇ ਇਹ ਹਾਲ ਹੈਗਾ। ਤਾਂ ਤੁਸੀਂ ਦੇਖ ਸਕਦੇ ਹੋ ਕਿ ਪੂਰੇ ਪਿੰਡ 'ਚ ਕੀ ਹੋਇਆ ਹੋਊਗਾ। ਤਾਂ ਆਹ ਲੈਵਲ ਦੇਖੋ, ਇਹ ਪਾਣੀ ਜ਼ਰੂਰ ਘਟਿਆ ਹੈਗਾ, ਪਰ ਆਹ ਪਾਣੀ ਜਿਹੜਾ ਇੱਥੇ ਦਿਖ ਰਿਹਾ ਤੁਹਾਨੂੰ, ਇਹਨਾਂ ਨਾਲ ਪਾਣੀ ਜਿਹੜਾ ਸੀਗਾ ਇਹਨਾਂ ਦੇ ਘਰਾਂ ਦੇ ਵਿੱਚ ਪਹੁੰਚ ਚੁੱਕਿਆ ਸੀਗਾ। ਅੰਦਰ ਜਿਹੜੀ ਚੀਜ਼ਾਂ ਹੈਗੀਆਂ ਉਹ ਸਾਰੀਆਂ ਖਰਾਬ ਹੋ ਚੁੱਕੀਆਂ, ਬਿਸਤਰੇ ਕੱਪੜੇ ਉਹ ਸਭ ਖਰਾਬ ਹੋ ਚੁੱਕੇ। ਤਾਂ ਉੱਪਰ ਦੇਖੋ ਇਹਨਾਂ ਨੇ ਟੈਂਟ ਲਾਏ ਹੋਏ ਨੇ, ਉੱਪਰ ਇਹਨਾਂ ਦੇ ਵੱਲੋਂ ਆਪਣੀ ਰਾਤ ਕੱਟੀ ਜਾ ਰਹੀ ਹੈਗੀ ਹੈ। ਤਾਂ ਇਹ ਹਾਲ ਹੋਇਆ ਹੋਇਆ, ਅਤੇ ਹੁਣ ਫੂਡ ਇੰਸਪੈਕਟਰ ਜਿਹੜੇ ਨੇ ਉਹ ਸਮਾਨ ਨੋਟ ਕਰ ਰਹੇ ਨੇ, ਇਹਨਾਂ ਦੇ ਵੱਲੋਂ ਆਪਣਾ ਸਮਾਨ ਨੋਟ ਕਰਵਾਇਆ ਜਾ ਰਿਹਾ, ਕਿਉਂਕਿ ਮੱਛਰ ਹੁਣ ਕਾਫੀ ਵਧਣੇ ਸ਼ੁਰੂ ਹੋ ਚੁੱਕੇ ਨੇ। ਮੱਛਰਦਾਨੀ ਜਿਹੜੀ ਹੈਗੀ ਹੈ ਉਹ ਮੰਗੀ ਗਈ ਹੈਗੀ ਹੈ। ਆਟਾ, ਪੀਣ ਦਾ ਪਾਣੀ ਅਤੇ ਹੋਰ ਤੁਸੀਂ ਦੇਖ ਸਕਦੇ ਹੋ ਸਮਾਨ ਜਿਹੜਾ ਹੈਗਾ ਉਹ ਇੱਥੇ ਜ਼ਰੂਰਤ ਹੈਗੀ ਹੈ ਚੀਜ਼ਾਂ ਦੀ, ਉਹ ਚੀਜ਼ਾਂ ਜਿਹੜੀਆਂ ਹੈਗੀਆਂ ਦਿੱਤੀਆਂ ਜਾ ਰਹੀਆਂ ਨੇ। ਇਹ ਅਜੇ ਇੱਕ ਘਰ ਹੈਗਾ, ਇਹੋ ਜਿਹੇ ਕਈ ਘਰ ਹੈਗੇ ਨੇ ਅੱਗੇ, ਜੇਕਰ ਆਪਾਂ ਗੱਲ ਕਰੀਏ ਉਹਨਾਂ ਘਰਾਂ ਦੇ ਵਿੱਚ ਜਿਹੜੀ ਹੈਗੀ ਹੈ ਉਹ ਕਾਫੀ ਜ਼ਿਆਦਾ ਹੈਗੀ। ਅੱਗੇ ਤੁਹਾਨੂੰ ਇੰਡੀਆ ਨਿਊਜ਼ ਪੰਜਾਬ ਦੀ ਟੀਮ ਗਰਾਊਂਡ ਜ਼ੀਰੋ ਦੇ ਉੱਤੋਂ ਉਹ ਤਮਾਮ ਚੀਜ਼ ਜਿਹੜੀ ਹੈਗੀ ਹੈ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰੂਗੀ। ਅਸੀਂ ਇੱਥੇ ਪਹੁੰਚੇ ਹੋਏ ਹਾਂ ਅਤੇ ਤੁਹਾਨੂੰ ਸਾਰੀ ਸਥਿਤੀ ਜਿਹੜੀ ਹੈਗੀ ਆ ਦਿਖਾ ਰਹੇ ਹਾਂ ਕਿ ਹੁਣ ਭਾਵੇਂ ਪਾਣੀ ਘੱਟ ਚੁੱਕਿਆ ਹੈਗਾ, ਪਰ ਜਿਹੜਾ ਇਫੈਕਟਸ ਹੈਗੇ ਨੇ, ਜਿਹੜੇ ਇਹਦੇ ਬਾਅਦ ਦੇ ਵਿੱਚ ਇਫੈਕਟਸ ਨੇ
ਉਹ ਕਿਸ ਕਿੰਨੇ ਮਾੜੇ ਹੈਗੇ ਨੇ, ਮੋਮਬੱਤੀਆਂ ਜਿਹੜੀਆਂ ਹੈਗੀਆਂ ਉਹ ਦਿੱਤੀਆਂ ਜਾ ਰਹੀਆਂ ਨੇ, ਕਿਉਂਕਿ ਬਿਜਲੀ ਜਿਹੜੀ ਹੈਗੀ ਆ ਉਹ ਨਹੀਂ ਇੱਥੇ ਅਜੇ ਸ਼ੁਰੂ ਹੋਣੀ, ਇਹਨੂੰ ਸ਼ੁਰੂ ਹੋਣ 'ਚ ਕਾਫੀ ਸਮਾਂ ਲੱਗ ਜਾਣਾ। ਤਾਂ ਦੇਖ ਸਕਦੇ ਮੋਮਬੱਤੀਆਂ ਦਿੱਤੀਆਂ ਜਾ ਰਹੀਆਂ ਨੇ, ਆਟੇ ਦੇ 3 ਪੈਕਟ ਦਿੱਤੇ ਗਏ ਨੇ, ਮੱਛਰਦਾਨੀ ਦਿੱਤੀ ਗਈ ਹੈ। ਤਾਂ ਹਰ ਰੋਜ਼ ਜਿਹੜਾ ਹੈ ਇਹਨਾਂ ਦੇ ਵੱਲੋਂ ਚੱਕਰ ਲਾਏ ਜਾ ਰਹੇ ਨੇ, ਹਰ ਰੋਜ਼ ਜਿਹੜਾ ਹੈ ਸਮਾਨ ਦਿੱਤਾ ਜਾ ਰਿਹਾ ਹੈ NDRF ਦੇ ਸਹਿਯੋਗ ਦੇ ਨਾਲ, ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਇਹ ਸਮਾਨ ਜਿਹੜਾ ਹੈ ਦਿੱਤਾ ਜਾ ਰਿਹਾ। ਉੱਥੇ ਗੱਲ ਕਰੀਏ ਆਹ ਚਾਰਾ ਕੱਟਣ ਵਾਸਤੇ ਜਿਹੜਾ ਤੁਸੀਂ ਟੋਕਾ ਦੇਖ ਸਕਦੇ ਹੋ, ਇਹ ਟੋਕਾ ਜਿਹੜਾ ਇੱਥੇ ਲੱਗਿਆ ਹੁੰਦਾ, ਇਹਦੇ ਕਿੱਥੇ ਤੱਕ ਪਾਣੀ ਜਿਹੜਾ ਹੈ ਉਹ ਪਹੁੰਚਿਆ ਹੋਇਆ, ਅਤੇ ਪਾਣੀ ਜਿਹੜਾ ਹੈ ਕਿਸ ਹੱਦ ਤੱਕ ਘਰਾਂ ਦੇ ਵਿੱਚ ਪਹੁੰਚਿਆ ਹੋਇਆ ਸੀ। ਘਰਾਂ ਦੇ ਵਿੱਚੋਂ ਜ਼ਰੂਰ ਪਾਣੀ ਨਿਕਲ ਚੁੱਕਿਆ, ਸੁੱਕਾ ਰਾਸ਼ਨ ਦਿੱਤਾ ਜਾ ਰਿਹਾ, ਸੁੱਕੇ ਰਾਸ਼ਨ ਦੇ ਵਿੱਚ ਦਾਲ, ਚੀਨੀ, ਬਿਸਕਿਟ, ਨਾਲ ਹੀ ਸੁੱਕਾ ਦੁੱਧ, ਮਸਾਲੇ, ਇਹ ਸਾਰੀਆਂ ਚੀਜ਼ਾਂ ਦਿੱਤੀਆਂ ਜਾ ਰਹੀਆਂ ਨੇ। ਕਿਉਂਕਿ ਬਹੁਤ ਸਾਰੇ ਲੋਕ ਇਹ ਵੀ ਸਵਾਲ ਖੜ੍ਹੇ ਕਰ ਰਹੇ ਸੀਗੇ ਕਿ ਲੋਕਾਂ ਨੂੰ ਸਮਾਨ ਨਹੀਂ ਮਿਲ ਰਿਹਾ ਹੈਗਾ, ਪਰ ਮੈਂ ਦੱਸਣਾ ਚਾਹਾਂਗੀ ਕਿ ਪ੍ਰਸ਼ਾਸਨ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿੰਨਾ ਵੱਧ ਤੋਂ ਵੱਧ ਸਮਾਨ ਜਿਹੜਾ ਹੈਗਾ ਇਹਨਾਂ ਪਿੰਡਾਂ ਦੇ ਵਿੱਚ ਦਿੱਤਾ ਜਾਵੇ, ਉਹ ਇਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਾਂ ਹੁਣ ਇੱਥੋਂ ਦੀ ਅਸੀਂ ਅੱਗੇ ਜਾ ਰਹੇ ਹਾਂ ਦੂਸਰੇ ਪਿੰਡ ਦੇ ਵਿੱਚ, ਜਿੱਥੇ ਤੁਹਾਨੂੰ ਦੇਖਣ ਨੂੰ ਮਿਲੂਗਾ ਕਿ ਕਾਫੀ ਜ਼ਿਆਦਾ ਨੁਕਸਾਨ ਜਿਹੜਾ ਹੈ ਅਜੇ ਵੀ ਹੋਇਆ ਹੋਇਆ, ਘਰਾਂ ਦੇ ਵਿੱਚ ਪਾਣੀ ਜਿਹੜਾ ਹੈ ਉਹ ਪਹੁੰਚਿਆ ਹੋਇਆ, ਲੋਕ ਅਜੇ ਵੀ ਪਰੇਸ਼ਾਨ ਨੇ, ਲੋਕ ਅਜੇ ਵੀ ਜਿਹੜੀ ਹੈ ਉਹ ਇਹੀ ਗੁਹਾਰ ਲਗਾ ਰਹੇ ਨੇ, ਇਹੀ ਇੰਤਜ਼ਾਰ ਕਰ ਰਹੇ ਨੇ ਕਿ ਜਿਹੜੀ ਇਹ ਮਾਰ ਪਈ ਹੈ ਇਹ ਘਟੇ, ਇਹ ਮਾਰ ਜਦੋਂ ਘਟੂਗੀ ਤਾਂ ਉਸ ਤੋਂ ਬਾਅਦ ਹੀ ਇਹਨਾਂ ਦੀ ਜ਼ਿੰਦਗੀ ਜਿਹੜੀ ਹੈਗੀ ਆ ਉਹ ਲੀਹ ਦੇ ਉੱਤੇ ਆਊਗੀ, ਇਹਨਾਂ ਦੀ ਜ਼ਿੰਦਗੀ ਦੁਬਾਰਾ ਤੋਂ ਸ਼ੁਰੂ ਹੋਊਗੀ, ਇਹ ਆਪਣਾ ਕੰਮਕਾਰ ਸ਼ੁਰੂ ਕਰਨਗੇ। ਉੱਥੇ ਹੀ ਗੱਲ ਕਰੀਏ ਖੇਤੀਬਾੜੀ ਦੀ, ਤਾਂ ਖੇਤੀਬਾੜੀ ਵੀ ਜਿਹੜੀ ਹੈਗੀ ਆ ਬਿਲਕੁਲ ਤਬਾਹ ਹੋ ਚੁੱਕੀ ਹੈ, ਤਾਂ ਅਗਲਾ ਸੀਜ਼ਨ ਵੀ ਜਿਹੜਾ ਹੈਗਾ ਉਹ ਨਹੀਂ ਲੱਗੂਗਾ। ਤਾਂ ਕਿੱਥੇ ਨਾ ਕਿੱਥੇ ਇਹ ਮਾਰ ਕਿਸਾਨਾਂ ਦੇ ਜਿਹੜੀ ਪਈ ਹੈਗੀ ਹੈ ਇਸ ਨੂੰ ਜ਼ਰੂਰ ਹੁਣ ਠੀਕ ਕਰਨਾ ਔਖਾ ਹੋਣਾ ਹੈਗਾ, ਕਿਉਂਕਿ ਅਗਲਾ ਸੀਜ਼ਨ ਵੀ ਜਿਹੜਾ ਹੈਗਾ ਉਹ ਕਿੱਥੇ ਨਾ ਕਿੱਥੇ ਇਹਨਾਂ ਨੂੰ ਚਾਲੂ ਕਰਨਾ, ਆਪਣੀ ਕਣਕ ਲਾਉਣੀ ਉਹ ਔਖੀ ਹੋ ਜਾਣੀ ਹੈ, ਕਿਉਂਕਿ ਇੰਨਾ ਜ਼ਿਆਦਾ ਪਾਣੀ ਹੈ, ਇੰਨੀ ਜ਼ਿਆਦਾ ਇੱਥੇ ਕਹਿਰ ਦੀ ਆਫ਼ਤ ਜਿਹੜੀ ਹੈਗੀ ਆ ਉਹ ਵੇਖਣ ਨੂੰ ਮਿਲੀ ਹੈ ਕਿ ਅਗਲਾ ਸੀਜ਼ਨ ਵੀ ਜਿਹੜਾ ਹੈਗਾ ਉਹ ਇੱਥੇ ਨਹੀਂ ਕੱਢਿਆ ਜਾਊਗਾ। ਤਾਂ ਹੁਣ ਇਸ ਘਰ ਦੇ ਵਿੱਚੋਂ ਨਿਕਲ ਕੇ ਦੂਸਰੀ ਥਾਂ 'ਤੇ ਜਾ ਰਹੇ ਹੈਗੇ ਹਾਂ। ਤਾਂ ਰਾਮ ਲਾਲ ਜੀ ਘਰ ਨੂੰ ਤਾਂ ਸਪਲਾਈ ਦੇ ਦਿੱਤੀ, ਇਹੋ ਜਿਹੇ ਕਿੰਨੇ ਘਰ ਹੈਗੇ ਨੇ ਹੋਰ? ਅਭੀ ਆਗੇ ਇੱਕ ਸਰਪੰਚ ਜੀ ਹੈ ਯਹਾਂ ਪੇ ਬਲਬੀਰ ਸਿੰਘ ਹੈ, ਉਨਕੇ 8-10 ਫੈਮਲੀਜ਼ ਹੈ, ਯੇ ਸਾਹਮਣੇ ਆਪਕੋ ਦਿਖਾਈ ਦੇ ਰਹਾ ਹੋਗਾ, 8-10 ਫੈਮਲੀਜ਼ ਹੈ, ਸਰਪੰਚ ਵੀ ਸਾਥ ਮੇ ਹੈ ਉਨਕੇ, ਵਹਾਂ ਪੇ ਵੀ ਮੈਂ 19 ਤਾਰੀਖ ਕੋ ਉਨਕੇ ਪਾਸ ਵਹਾਂ ਸੇ ਮੈਂਨੇ ਉਨਕੇ ਬੱਚੇ ਔਰ ਕੁਛ ਲੇਡੀਜ਼ੋਂ ਕੋ ਵਹਾਂ ਸੇ ਵੇਕੇਟ ਕੀਆ ਥਾ, ਤੋ ਵੋ ਵੀ ਯਹੀ ਕਹਤੇ ਥੇ ਪਾਣੀ ਨਹੀਂ ਆਏਗਾ, ਲੋਗੋਂ ਕੋ ਵਿਸ਼ਵਾਸ ਨਹੀਂ ਥਾ ਕਿ 1988 ਕੇ ਬਾਅਦ ਲੋਗੋਂ ਨੇ ਇਤਨਾ ਪਾਣੀ ਦੇਖਾ ਨਹੀਂ ਥਾ, ਤੋ ਕੋਈ ਇਸੀ ਕੋ ਲਗਤਾ ਨਹੀਂ ਥਾ ਇਤਨਾ ਪਾਣੀ ਨਹੀਂ, ਜਬ ਇਨਫੋਰਮੇਸ਼ਨ ਥੀ ਕਿ 2,73,000 ਕਿਊਸਿਕ ਪਾਣੀ ਆ ਰਹਾ ਹੈ ਤੋ ਬਰਨਾ ਹੀ ਬਰਨਾ ਥਾ, ਤੋ ਅਭੀ ਉਨਸੇ ਵਹਾਂ ਸੇ ਵੀ ਕੁਛ ਜੋ ਉਨਕੋ ਰਿਕੁਆਇਰਮੈਂਟ ਹੈ ਵੋ ਆਈ, ਉਨਕੋ ਕਾਲ ਕਰਾ ਹੀ ਉਨ੍ਹੋਂ ਨੇ, ਤੋ ਅਭੀ ਹਮ ਲੋਗੋਂ ਉਨਕੋ ਰਾਸ਼ਨ ਪਹੁੰਚਾਣੇ ਜਾ ਰਹੇ ਹਾਂ। ਤਾਂ ਹੁਣ ਰਾਸ਼ਨ ਜਿਹੜਾ ਹੈਗਾ ਇੱਧਰ ਪਹੁੰਚਾਉਣ ਵਾਸਤੇ NDRF, ਦੂਸਰੇ ਪਾਸੇ ਲੋਕ ਦੇਖ ਸਕਦੇ ਹੋ ਉਹ ਆਪਣੀਆਂ ਕੁਛ ਕਿਸ਼ਤੀਆਂ ਦੇ ਵਿੱਚ ਜਿਹੜੇ ਹੈ ਇੱਥੋਂ ਦੀ ਸਫ਼ਰ ਜਿਹੜਾ ਹੈ ਉਹ ਤੈਅ ਕਰ ਰਹੇ ਹੈਗੇ ਨੇ, ਜਿਹੜਾ ਪੈਂਡਾ ਹੈਗਾ ਇਹ ਰਸਤਾ ਹੈਗਾ ਇਹਨਾਂ ਦੇ ਵੱਲੋਂ ਇਹ ਤੈਅ ਕੀਤਾ ਜਾ ਰਿਹਾ। ਤਾਂ ਜਿਹੜੇ ਲੋਕ ਆਪਣੇ ਆਪ ਕਿਸ਼ਤੀਆਂ ਦੇ ਉੱਤੇ ਹੈਗੇ, ਇਹਨਾਂ ਨੂੰ ਸਰਕਾਰ ਨੇ ਕਿਸ਼ਤੀਆਂ ਦਿੱਤੀਆਂ ਹੋਈਆਂ ਨੇ ਜਾਂ ਇਹਨਾਂ ਨੇ ਖਰੀਦੀਆਂ ਨੇ, ਇਹ ਕਿਵੇਂ ਆਪਣਾ ਇੱਥੋਂ ਦੀ ਜ਼ਿੰਦਗੀ ਬਤੀਤ ਕਰ ਰਹੇ ਨੇ? ਇਹ ਕੁਛ ਕਿਸ਼ਤੀਆਂ ਇਨਕੀ ਪਰਸਨਲ ਹੈ, ਕੁਛ ਇਹਨਾਂ ਨੇ ਲੋਕਲ ਲੈਵਲ ਪੇ ਪ੍ਰੋਵਾਈਡ ਕਰਵਾਈ ਹੈ, ਕਈ ਲੋਕ ਜੋ ਬਾਹਰ ਸੇ ਸੇਵਾ ਕਰ ਰਹੇ ਹੈ ਕੁਛ ਉਨਕੇ ਪਾਸ ਵੀ ਹੈ, ਅਭੀ ਤੋ ਨਾਰਮਲ ਸੀ ਸਥਿਤੀ ਹੋ ਗਈ ਤਬ ਇਹ ਲੋਕ ਚੱਲ ਪਾ ਰਹੇ ਹੈ, ਪਹਿਲੇ ਹਮ ਲੋਗੋਂ ਨੇ ਇਨਕੋ ਰਿਕੁਐਸਟ ਕੀਆ ਥਾ ਕਿ ਜਬ ਇਸਮੇ ਫਲੋ ਜ਼ਿਆਦਾ ਥਾ ਵਾਟਰ ਕਾ, ਤੋ ਹਮਨੇ ਇਨਕੋ ਕਿਹਾ ਥਾ ਕਿ ਇਸਮੇ ਅਭੀ ਮਤ ਚਲੇ, ਥੋੜ੍ਹਾ ਪਾਣੀ ਕਾ ਲੈਵਲ ਡਾਊਨ ਹੋਣੇ ਦੇ, ਫਿਰ ਆਪਕਾ ਇਹ ਕਿਸ਼ਤੀ ਚੱਲ ਪੜੇਗਾ ਜੀ। ਤਾਂ ਹੁਣ ਇਹ ਲੋਕਾਂ ਦੀਆਂ ਕਿਸ਼ਤੀਆਂ ਵੀ ਜਿਹੜੀਆਂ ਹੈਗੀਆਂ ਇਹ ਚੱਲਣੀਆਂ ਸ਼ੁਰੂ ਹੋ ਗਈਆਂ ਨੇ, ਉਹ ਦੇਖ ਸਕਦੇ ਹੋ ਲੋਕ ਆਪਣੀਆਂ ਕਿਸ਼ਤੀਆਂ ਜਿਹੜੀਆਂ ਹੈਗੀਆਂ ਉਹ ਚਲਾਉਣੀਆਂ ਸ਼ੁਰੂ ਕਰ ਰਹੇ ਨੇ,
ਕਿਉਂਕਿ ਪਾਣੀ ਦਾ ਲੈਵਲ ਜਿਹੜਾ ਹੈਗਾ ਜ਼ਰੂਰ ਘਟਣਾ ਸ਼ੁਰੂ ਹੋ ਚੁੱਕਿਆ, ਪਰ ਫਲੋ ਕਾਫੀ ਜ਼ਿਆਦਾ ਸੀਗਾ। ਸਤਲੁਜ ਦਾ ਜਿਹੜਾ ਬੰਨ ਟੁੱਟਿਆ ਸੀਗਾ ਤਾਂ ਉਸ ਤੋਂ ਬਾਅਦ ਕਾਫੀ ਜ਼ਿਆਦਾ ਫਲੋ ਸੀਗਾ। ਇਹ ਪਾਣੀ ਜਿਹੜਾ ਤੁਸੀਂ ਵੇਖ ਸਕਦੇ ਹੈਗੇ ਹੋ ਕਿਸ ਕਦਰ ਤੱਕ ਜਿਹੜਾ ਹੈ ਇਹ ਦੂਰ ਦੂਰ ਤੱਕ ਫੈਲਿਆ ਹੋਇਆ, ਤਾਂ ਇਸ ਦੇ ਚੱਲਦੇ ਹੋਏ ਲੋਕਾਂ ਨੂੰ ਇਹ ਵੀ ਸੁਚੇਤ ਕੀਤਾ ਗਿਆ ਸੀਗਾ ਕਿ ਪਾਣੀ ਕਿਸ਼ਤੀਆਂ ਦੇ ਵਿੱਚ ਨਾ ਚਲਾਇਆ ਜਾਵੇ। ਬਿਜਲੀ ਜਿਹੜੀ ਹੈਗੀ ਆ ਉਹ ਕੱਟੀ ਹੋਈ ਹੈ, ਤਾਰਾਂ ਖੰਭੇ ਦੀਆਂ ਤਾਰਾਂ ਜਿਹੜੀਆਂ ਹੈਗੀਆਂ ਇਲੈਕਟ੍ਰਿਸਿਟੀ ਪੋਲਸ ਜਿਹੜੇ ਨੇ ਉਹ ਬਿਲਕੁਲ ਪਾਣੀ ਦੇ ਵਿੱਚ ਡੁੱਬੇ ਹੋਏ ਨੇ। ਇਹ ਮੇਨ ਬੰਨ ਜਿਹੜਾ ਟੁੱਟਿਆ ਹੋਇਆ ਇਹ ਉਹ ਮੇਨ ਬੰਨ ਹੈ ਜਿਹੜਾ ਕਿ ਸਤਲੁਜ ਦਾ ਪਾਣੀ ਇੱਧਰ ਨੂੰ ਲੈ ਕੇ ਆ ਰਿਹਾ ਹੈ। ਇਹ ਬੰਨ ਟੁੱਟਿਆ ਸੀਗਾ ਤਾਂ ਜਿਸ ਤੋਂ ਬਾਅਦ ਇਹ ਸਾਰੇ ਪਿੰਡ ਦੇ ਵਿੱਚ ਪਾਣੀ ਪਹੁੰਚਣਾ ਸ਼ੁਰੂ ਹੋ ਗਿਆ ਸੀਗਾ। ਜਦੋਂ ਪਾਣੀ ਛੱਡਿਆ ਗਿਆ ਤਾਂ ਜਦੋਂ ਪਾਣੀ ਛੱਡਿਆ ਗਿਆ ਇਹ ਸਭ ਤੋਂ ਪਹਿਲਾਂ ਇੱਥੇ ਦਾ ਬੰਨ ਟੁੱਟਿਆ ਅਤੇ ਫਿਰ ਉਸ ਤੋਂ ਬਾਅਦ ਇਹ ਪਾਣੀ ਪਿੰਡਾਂ ਦੇ ਵਿੱਚ ਪਹੁੰਚਣਾ ਸ਼ੁਰੂ ਹੋ ਗਿਆ ਸੀ। ਤਾਂ ਲੋਕ ਤੁਸੀਂ ਵੇਖ ਸਕਦੇ ਹੈਗੇ ਹੋ ਮੇਰੇ ਪਿਛਲੇ ਪਾਸੇ, ਇਹ ਲੋਕ ਜਿਹੜੇ ਹੈਗੇ ਨੇ ਇਹ ਕਿਸ਼ਤੀਆਂ ਜਿਹੜੀਆਂ ਯੂਜ਼ ਕਰ ਰਹੇ ਨੇ, ਇਹਨਾਂ ਦੇ ਵੱਲੋਂ ਸਮਾਨ ਜਿਹੜਾ ਹੈਗਾ ਉਹ ਕਿਸ਼ਤੀਆਂ ਦੇ ਰਾਹੀਂ ਲੈ ਕੇ ਆਉਂਦਾ ਜਾ ਰਿਹਾ ਹੈਗਾ। ਲੋਕ ਕਈ ਦੂਸਰੇ ਪਾਸੇ ਵੀ ਦੇਖੋਗੇ ਤਾਂ ਕਿਸ਼ਤੀਆਂ ਤੋਂ ਦੂਸਰੇ ਪਾਸੇ ਜਾ ਕੇ ਜਿੱਥੇ ਤੱਕ ਰੀਚ ਹੈਗੀ ਹੈ, ਸੜਕ ਤੱਕ ਦੀ ਰੀਚ ਹੈਗੀ ਆ, ਉੱਥੇ ਤੱਕ ਦਾ ਜਿਹੜਾ ਸਮਾਨ ਜਿਹੜਾ ਹੈਗਾ ਉਹ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੇ ਨੇ। ਤਾਂ ਅਜੇ ਵੀ ਕਹਿਰ ਆਪਾਂ ਕਹਿ ਸਕਦੇ ਹਾਂ ਹੜ੍ਹ ਦਾ ਕਾਫੀ ਜ਼ਿਆਦਾ ਹੈ। ਅਜੇ ਵੀ ਜਿਹੜੇ ਲੋਕ ਨੇ ਉਹ ਹੜ੍ਹ ਦੇ ਪ੍ਰਭਾਵ ਥੱਲੇ ਨੇ, ਅਜੇ ਜ਼ਰੂਰ ਸਮਾਂ ਲੱਗੂਗਾ ਇਹਨਾਂ ਨੂੰ ਨੋਰਮਲ ਜ਼ਿੰਦਗੀ ਦੇ ਵਿੱਚ ਆਉਣ ਦੇ ਲਈ। ਇਹ ਪਾਣੀ ਘਟਣ ਦੇ ਵਿੱਚ ਕਾਫੀ ਸਮਾਂ ਲੱਗ ਸਕਦਾ ਹੈ, ਪਰ ਅਜੇ ਇਹ ਲੋਕ ਜਿਹੜੇ ਨੇ ਇਸੇ ਤਰੀਕੇ ਨਾਲ ਆਪਣਾ ਗੁਜ਼ਾਰਾ ਕਰਨਗੇ। ਇਹ ਲੋਕ ਅਜੇ ਵੀ ਇਸੇ ਤਰੀਕੇ ਦੇ ਨਾਲ ਇੱਥੇ ਜ਼ਿੰਦਗੀ ਬਤੀਤ ਕਰ ਰਹੇ ਨੇ। ਤਾਂ ਇਹ ਤੁਸੀਂ ਦੇਖ ਸਕਦੇ ਹੋ ਮੰਜ਼ਰ ਲੋਕਾਂ ਦੇ ਘਰ ਦਾ, ਲੋਕ ਕਿਸ ਤਰੀਕੇ ਦੇ ਨਾਲ ਇੱਥੇ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਨੇ। ਪਾਣੀ ਕਾਫੀ ਜ਼ਿਆਦਾ ਹੈ, ਇਹਨਾਂ ਦੀਆਂ ਕਿਸ਼ਤੀਆਂ ਤੁਸੀਂ ਦੇਖ ਸਕਦੇ ਹੋ ਇੱਥੇ ਖੜੀਆਂ ਹੋਈਆਂ ਨੇ, ਇਹਨਾਂ ਦੀਆਂ ਕਿਸ਼ਤੀਆਂ ਖੜੀਆਂ ਹੋਈਆਂ ਨੇ। ਲੋਕ ਇੱਥੋਂ ਦੀ ਕਿਸ਼ਤੀ ਦੇ ਰਾਹੀਂ ਦੂਸਰੇ ਪਾਸੇ ਨੂੰ ਜਾ ਰਹੇ ਹੈਗੇ ਨੇ ਅਤੇ ਇਹਨਾਂ ਨੂੰ ਹੁਣ ਸਮਾਨ ਜਿਹੜਾ ਹੈ ਉਹ ਪਹੁੰਚਾਇਆ ਜਾ ਰਿਹਾ। ਇਹਨਾਂ ਦੀ ਗੱਲਬਾਤ ਜਿਹੜੀ ਹੈਗੀ ਆ ਉਹ NDRF ਦੇ ਨਾਲ ਹੋ ਰਹੀ ਹੈਗੀ ਹੈ, ਫੋਨ ਦੇ ਜ਼ਰੀਏ ਇਹ ਗੱਲਬਾਤ ਕਰ ਰਹੇ ਨੇ, ਤਾਂ ਇਹਨਾਂ ਦੀ ਗੱਲਬਾਤ ਹੋ ਰਹੀ ਹੈ। ਅੰਦਰ ਜਾ ਕੇ ਅਸੀਂ ਤੁਹਾਨੂੰ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ। ਤਾਂ ਲੋਕ ਅਜੇ ਆਪਣੀਆਂ ਕਿਸ਼ਤੀਆਂ ਲੈ ਕੇ ਇੱਥੇ ਸਮਾਨ ਲੈ ਕੇ ਆਉਣਾ ਸ਼ੁਰੂ ਹੋ ਚੁੱਕੇ ਨੇ। ਆਹ ਦੇਖ ਸਕਦੇ ਹੋ ਕਿਸ਼ਤੀਆਂ ਵੀ ਜਿਹੜੀਆਂ ਹੈਗੀਆਂ ਇਹ ਇੱਥੇ ਲੋਕ ਲੈ ਕੇ ਆਉਣਾ ਸ਼ੁਰੂ ਹੋ ਰਹੇ ਨੇ। ਤਾਂ ਲੋਕ ਜਿਹੜੇ ਇੱਥੇ ਰਹਿਣ ਵਾਲੇ ਹੈਗੇ ਨੇ, ਬਈ ਕੀ ਹੁਣ ਹਾਲ ਹੈਗਾ ਇੱਥੇ, ਕਿਸ ਤਰੀਕੇ ਦਾ ਮੰਜ਼ਰ ਹੈਗਾ, ਪਾਣੀ ਘਟਣਾ ਸ਼ੁਰੂ ਹੋਇਆ, ਕੁਛ ਰਾਹਤ ਮਿਲੀ ਕਿ ਨਹੀਂ ਮਿਲੀ? ਭਾਜੀ ਅਸੀਂ ਲੋਕਲ ਨਹੀਂ, ਅਸੀਂ ਵੀ ਸੇਵਾ ਕਰਨ ਆਏ ਹੋਏ ਹਾਂ। ਤੁਸੀਂ ਸੇਵਾ ਕਰਨ ਵਾਸਤੇ ਆਏ ਹੈਗੇ ਹੋ, ਕਿਹੜੀ ਸੰਸਥਾ ਤੋਂ ਆਏ ਹੈਗੇ? ਅਸੀਂ ਸਾਡੀ ਸੰਸਥਾ ਬਾਬਾ ਦੀਪ ਸਿੰਘ ਸੇਵਾ ਦਲ ਵੈਲਫੇਅਰ ਸੁਸਾਇਟੀ ਗੜ੍ਹਦੀ ਵਾਲਾ, ਅਸੀਂ 7 ਦਿਨ ਤੋਂ ਜਿਸ ਦਿਨ ਤੋਂ ਇਹ ਫਲੱਡ ਆਏ ਹੋਏ ਆ ਉਸੇ ਦਿਨ ਤੋਂ 60-70 ਜਣਿਆਂ ਦੀ ਨੌਜਵਾਨਾਂ ਦੀ ਟੀਮ ਲੱਗੀ ਹੋਈ ਆ ਇਸ ਰਾਹਤ ਕਾਰਜਾਂ ਦੇ ਲਈ। ਦਵਾਈਆਂ, ਮੈਡੀਸਨ, ਆਪਣੀਆਂ 2 ਵੋਟਾਂ ਮੁੱਲ ਲੈ ਕੇ ਅਸੀਂ ਸੇਵਾ ਨਿਭਾ ਰਹੇ ਹਾਂ। ਤੁਸੀਂ ਦੱਸਿਆ 8 ਦਿਨਾਂ ਤੋਂ ਇੱਥੇ ਲਗਾਤਾਰ ਹੈਗੇ ਹੋ, 8 ਦਿਨ ਦੀ ਜੇਕਰ ਆਪਾਂ ਗੱਲ ਕਰੀਏ ਪਿਕਚਰ ਦੀ, ਸਥਿਤੀ ਕੀ ਰਹੀ ਹੈਗੀ ਹੈ, ਕੀ ਤੁਹਾਨੂੰ ਲੱਗਦਾ ਕਿ ਕੁਛ ਅਸਰ ਪਿਆ ਹੈਗਾ, ਕੁਛ ਘੱਟ ਹੋਇਆ ਇੱਥੇ ਪਾਣੀ? ਹਾਂਜੀ, ਪਾਣੀ ਦਾ ਪੱਧਰ ਬਹੁਤ ਘੱਟ ਚੁੱਕਾ ਜੀ। ਜਿਹੜੀਆਂ ਮੋਟਰ ਬੋਟ ਜਿਹੜੀਆਂ ਉੱਧਰ ਜਿਹੜੀ ਉੱਪਰਲੇ ਪਾਸੇ ਨਹੀਂ ਚੱਲ ਰਹੀਆਂ ਜੈਣੀ ਵਾਲੀ ਸਾਈਡ, ਹੁਣ ਅੱਜ ਬੋਟਾਂ ਅੱਜ ਅਤੇ ਕੱਲ੍ਹ ਜਿਹੜੀਆਂ ਕੁਛ ਇਲਾਕਿਆਂ ਦੇ ਆਹ ਪਿੰਡ 'ਚ ਚੱਲ ਰਹੀ ਆ ਅਤੇ ਕੁਛ ਡੇਰੀਆਂ 'ਚ ਮੋਟਰ ਬੋਟ ਚੱਲ ਰਹੀ ਹੈ। ਤਾਂ ਲੋਕ ਦੇਖ ਸਕਦੇ ਹੈਗੇ ਹੋ ਕਿ ਆਪਣੀਆਂ ਕਿਸ਼ਤੀਆਂ ਰਾਹੀਂ ਜਿਹੜਾ ਹੈ ਇੱਥੇ ਆ ਰਹੇ ਨੇ, ਸਮਾਨ ਘਰ ਦਾ ਜਾਂ ਕੱਪੜੇ ਲੀੜੇ ਜਿਹੜੇ ਹੁੰਦੇ ਨੇ ਲੈ ਕੇ ਇੱਥੇ ਵਾਪਸ ਹੁਣ ਘਰਾਂ ਦੇ ਵਿੱਚ ਆਉਣਾ ਸ਼ੁਰੂ ਹੋ ਰਹੇ ਨੇ। ਤਾਂ ਇਹ ਹਾਲ ਦੇਖ ਸਕਦੇ ਹੈਗੇ ਹੋ। ਤਾਂ ਪਸ਼ੂਆਂ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਪਸ਼ੂਆਂ ਨੂੰ ਵੀ ਕਾਫੀ ਇੱਥੇ ਮਾਰ ਪਈ ਹੈਗੀ ਹੈ, ਪਸ਼ੂਆਂ ਨੂੰ ਕਾਫੀ ਮਾਰ ਪਈ ਹੈਗੀ ਹੈ। ਤਾਂ ਇਸ ਕਰਕੇ ਇੱਥੇ ਲੋਕ ਜਿਹੜੇ ਨੇ ਉਹ ਇਸੇ ਜਗ੍ਹਾ ਦੇ ਵਿੱਚ
ਜ਼ਰੂਰ ਹੋ ਰਹੇ ਨੇ। ਸਮਾਜ ਸੇਵੀ ਸੰਸਥਾ ਦੇ ਵੱਲੋਂ ਇੱਥੇ ਜ਼ਰੂਰ ਸੇਵਾਵਾਂ ਨਿਭਾਈਆਂ ਜਾ ਰਹੀਆਂ ਨੇ, ਜਿਵੇਂ ਇਹ ਆਪਣੀ ਕਿਸ਼ਤੀ ਲੈ ਕੇ ਇੱਥੇ ਪਹੁੰਚੇ ਹੋਏ ਨੇ ਅਤੇ ਹੋਰ ਵੀ ਇੱਥੇ ਲੋਕ ਜਿਹੜੇ ਨੇ ਉਹ ਇੱਥੇ ਆ ਕੇ ਸੇਵਾਵਾਂ ਨਿਭਾ ਰਹੇ ਹੈਗੇ ਨੇ। ਘਰ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਘਰ ਦੇ ਉੱਤੇ ਤੁਸੀਂ ਵੇਖ ਸਕਦੇ ਹੈਗੇ ਹੋ ਇਹਨਾਂ ਦੇ ਵੱਲੋਂ ਮੱਛਰਦਾਨੀ ਲਾਈ ਹੋਈ ਹੈ, ਘਰ ਦੇ ਉੱਤੇ ਹੀ ਇਹ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਨੇ। ਇਹ ਹਾਲ ਪਿੰਡ ਦਾ ਜਿੱਥੇ ਮੰਜ਼ਰ ਜਿਹੜਾ ਹੈਗਾ ਉਹ ਕਾਫੀ ਬਦ ਤੋਂ ਬਦਤਰ ਹੋਇਆ ਹੋਇਆ ਹੈ। ਕਾਫੀ ਪਰੇਸ਼ਾਨੀਆਂ ਜਿਹੜੀਆਂ ਹੈਗੀਆਂ ਉਹ ਇੱਥੇ ਲੋਕਾਂ ਨੂੰ ਆ ਰਹੀਆਂ ਹੈਗੀਆਂ ਨੇ। ਇਹ ਘਰ ਉੱਚਾ ਹੋਣ ਦੇ ਕਾਰਨ ਇੱਥੇ ਇੰਨਾ ਪਾਣੀ ਨਹੀਂ ਆਇਆ। ਆਹ ਪਸ਼ੂ ਡੰਗਰ ਤੁਸੀਂ ਦੇਖ ਸਕਦੇ ਹੈਗੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਥੇ ਬੰਨੇ ਹੋਏ ਨੇ। ਹਾਲਾਂਕਿ ਪਹਿਲਾਂ ਇੱਥੇ ਪਾਣੀ ਜਿਹੜਾ ਸੀਗਾ ਪਹੁੰਚਿਆ ਸੀਗਾ ਤਾਂ ਇਹਨਾਂ ਨੂੰ ਵੀ ਕਾਫੀ ਦਿੱਕਤ ਆਈ ਸੀਗੀ, ਤਾਂ ਹੁਣ ਇਹ ਲੋਕ ਘਰਾਂ ਦੇ ਵਿੱਚ ਹੀ ਹਾਊਸ ਅਰੈਸਟ ਹੋਏ ਹੋਏ ਨੇ। ਘਰਾਂ ਦੇ ਵਿੱਚ ਹੀ ਇਹਨਾਂ ਨੂੰ ਬੈਠਣਾ ਪੈ ਰਿਹਾ ਹੈ, ਘਰਾਂ ਦੇ ਵਿੱਚ ਹੀ ਇਹ ਆਪਣੇ ਦਿਨ ਬਤੀਤ ਕਰ ਰਹੇ ਨੇ। ਇਹ ਹਾਲ ਹੈ ਇਸ ਪਿੰਡ ਦਾ। ਤਾਂ ਹੁਣ NDRF ਦੀ ਟੀਮ ਜਿਹੜੀ ਹੈਗੀ ਆ ਉਹ ਅੰਦਰ ਪਹੁੰਚੀ ਹੈ, ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ ਕੀ ਸਮਾਨ ਚਾਹੀਦਾ ਹੈ, ਕੀ ਇਹਨਾਂ ਨੂੰ ਚੀਜ਼ਾਂ ਦੀ ਲੋੜ ਹੈਗੀ ਹੈ ਅਤੇ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਉਹ। ਤਾਂ ਘਰ ਦੇ ਅਗਲੇ ਪਾਸੇ ਵੀ ਪਾਣੀ, ਘਰ ਦੇ ਪਿਛਲੇ ਪਾਸੇ ਵੀ ਪਾਣੀ, ਜਿੱਥੇ ਤੁਹਾਡੀ ਨਿਗਾਹ ਜਾਊਗੀ ਤੁਹਾਨੂੰ ਸਿਰਫ ਪਾਣੀ ਹੀ ਪਾਣੀ ਨਜ਼ਰ ਆਊਗਾ। ਹਾਲਾਂਕਿ ਖੁਸ਼ੀ ਦੀ ਗੱਲ ਇਹ ਹੈ ਕਿ ਚਾਰਾ ਜਿਹੜਾ ਹੈ ਪਸ਼ੂਆਂ ਦਾ ਉਹ ਬਚ ਗਿਆ, ਪਸ਼ੂ ਭੁੱਖੇ ਨਹੀਂ ਮਰਨਗੇ। ਪਰ ਆਹ ਤੁਸੀਂ ਵੇਖ ਸਕਦੇ ਹੈਗੇ ਹੋ ਇਸ ਤਰੀਕੇ ਦੇ ਨਾਲ ਅਗਲੇ ਪਾਸੇ ਨੂੰ ਵੀ ਪਾਣੀ ਜਿਹੜਾ ਹੈਗਾ ਉਹ ਤੁਹਾਨੂੰ ਵੇਖਣ ਨੂੰ ਮਿਲੂਗਾ, ਪਿਛਲੇ ਪਾਸੇ ਵੀ ਜਿਹੜਾ ਹੈ ਤੁਹਾਨੂੰ ਪਾਣੀ ਵੇਖਣ ਨੂੰ ਮਿਲੂਗਾ। ਤਾਂ ਲੋਕ ਜਿਹੜੇ ਹੈਗੇ ਨੇ ਉਹ ਇੱਥੇ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹੈਗੇ ਨੇ। ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਮਾਤਾ ਜੀ ਠੀਕ ਹੈਗੇ ਹੋ? ਹਾਂਜੀ ਠੀਕ ਹੈ ਜੀ। ਸਮਾਨ ਪਹੁੰਚ ਰਿਹਾ ਹੈਗਾ, ਕਿਹੋ ਜੀ ਤੁਹਾਨੂੰ ਮੁਸੀਬਤ? ਇਹ ਤੁਸੀਂ ਇਹਨਾਂ ਨੇ NDRF ਵਾਲਿਆਂ ਨਾਲ ਜੀ? ਹਾਂਜੀ। ਸਾਡੇ ਕੋਲੇ ਪਰਸੋਂ ਸਮਾਨ ਪਹੁੰਚਿਆ ਸੀ ਇੱਕ ਵਾਰੀ, ਉਦੋਂ ਮਗਰੋਂ ਸਾਡੇ ਕੋਲ ਕੋਈ ਨਹੀਂ ਆਇਆ, ਅੱਜ ਅਸੀਂ ਫੋਨ ਕਰਕੇ ਮੰਗਾਇਆ ਵਾ ਕਿਉਂਕਿ ਅਸੀਂ ਤਾਂ ਪਾਣੀ ਤੋਂ ਵੀ ਚਾਹੇ ਮਰ ਚੁੱਕੇ ਇੱਥੇ। ਸਮਾਜ ਸੇਵੀ ਸੰਸਥਾ ਵੀ ਪਹੁੰਚ ਰਹੀਆਂ, ਉਹ ਵੀ ਰਾਸ਼ਨ ਪਾਣੀ ਦੇ ਰਹੀਆਂ ਹੈਗੀਆਂ। ਹਾਂਜੀ, ਸੰਸਥਾ ਤਾਂ ਬਹੁਤ ਦੇ ਰਹੀਆਂ ਨੇ ਪਰ ਸਰਕਾਰ ਕੋਈ ਸਾਡੀ ਸਹੂਲਤ ਨਹੀਂ ਕਰ ਰਹੀ ਹੈ। ਸਰਕਾਰਾਂ ਕੋਲ ਕੀ ਆ, ਸਰਕਾਰਾਂ ਨੇ ਸਾਨੂੰ ਇੱਕ ਗਿਫਟ ਦਿੱਤਾ ਵਾ, ਉਹ ਜ਼ਰੂਰ ਅਸੀਂ ਮਨਜ਼ੂਰ ਕਰ ਲਿਆ। ਪੁੱਛੋ ਵੀ ਗਿਫਟ ਦਿੱਤਾ ਸਾਨੂੰ ਉਹਨਾਂ ਨੇ? ਕੀ ਗਿਫਟ ਦਿੱਤਾ? 550 ਸਾਲਾਂ ਦਾ ਸਾਨੂੰ ਗਿਫਟ ਦਿੱਤਾ ਡੋਬਣ ਵਾਸਤੇ, ਸੁਲਤਾਨਪੁਰ ਦੇ ਏਰੀਏ ਨੂੰ ਇਹ ਗਿਫਟ ਦਿੱਤਾ ਸਾਨੂੰ ਸਰਕਾਰ। ਬੇੜਾ ਹੀ ਗਰਕ ਜੇ ਸਰਕਾਰ ਦਾ, ਮੈਂ ਤਾਂ ਨਹੀਂ ਆ। ਜਿਹਨਾਂ ਗੁਰੂ ਨਾਨਕ ਨੂੰ ਨਹੀਂ ਮਾਫ਼ ਕੀਤਾ ਉਹ ਸਾਨੂੰ ਕਿੱਥੋਂ ਕਰਨਗੇ, ਕੀ ਕਰਨਗੇ? ਕਿਵੇਂ ਤਿਆਰੀਆਂ ਉਹ ਲਿਖੀਆਂ ਗਈਆਂ ਸੀ ਪਹਿਲਾਂ ਤੁਹਾਨੂੰ ਕੋਈ ਚਾਹ ਸੀਗਾ ਕਿ ਪ੍ਰਕਾਸ਼ ਪੁਰਬ ਆ ਰਿਹਾ ਅਸੀਂ ਤਿਆਰੀਆਂ ਕਰਾਂਗੇ ਅਸੀਂ ਇਸ ਤਰੀਕੇ ਦੇ ਪ੍ਰਬੰਧ ਕਰਾਂਗੇ? ਬਹੁਤ ਜ਼ਿਆਦਾ ਚਾਹ ਸੀ ਸੰਗਤ ਨੂੰ, ਬਹੁਤ ਜ਼ਿਆਦਾ ਉਤਸ਼ਾਹ ਸੀ ਸੰਗਤ ਨੂੰ, ਪਰ ਇਹਨਾਂ ਕੋਲੋਂ ਇਹਨਾਂ ਕੋਲੋਂ ਅਕਾਲੀ ਲਾ ਲਓ ਜਾਂ ਕਾਂਗਰਸੀ ਲਾ ਲਓ ਜਾਂ ਸਰਕਾਰ ਲਾ ਲਓ, ਇਹਨਾਂ ਕੋਲੋਂ ਤਿਆਰੀਆਂ ਨਹੀਂ ਸੀ ਹੋਣੀਆਂ ਅਤੇ ਤਿਆਰੀਆਂ ਨਾ ਮੁਕੰਮਲ ਹੋਣ ਦਾ ਕਰਕੇ ਇਹਨਾਂ ਨੇ ਆਹ ਗਿਫਟ ਦੇ ਦਿੱਤਾ ਸਰਕਾਰ ਨੇ। ਗੁਰੂ ਨਾਨਕ ਦੇ 550 ਸਾਲਾਂ ਦੇ ਵਿੱਚ ਡੋਬ ਕੇ ਦੁਨੀਆ ਸੁੱਟ ਦਿੱਤੀ ਆ, ਪਰ ਇਹ ਤਾਂ ਅਸੀਂ ਆਉਂਦੇ ਹਾਂ ਵੀ ਇਹ ਕੁਛ ਵੀ ਨਾ ਕਰਦੇ, ਸੰਗਤ ਨੂੰ ਬਹੁਤ ਉਤਸ਼ਾਹ ਸੀ, ਸੰਗਤ ਨੇ ਆਪ ਹੀ ਕਰ ਲੈਣਾ ਸੀ, ਪਰ ਆਹ ਗਿਫਟ ਨਾ ਦਿੰਦੇ ਸਾਨੂੰ। ਤਾਂ ਕਿੱਥੇ ਨਾ ਕਿੱਥੇ ਔਖੇ ਹੋਏ ਇਹੀ ਕਹਿ ਰਹੇ ਨੇ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਆ ਰਿਹਾ ਸੀਗਾ, ਉਹ ਸਾਡੇ ਵੱਲੋਂ ਮਨਾਇਆ ਜਾਣਾ ਸੀਗਾ, ਪਰ ਜਿਹੜਾ ਸਰਕਾਰ ਨੇ ਆਹ ਤੋਹਫ਼ਾ ਦਿੱਤਾ ਹੈ ਇਹ ਕਿੱਥੇ ਸਾਡੇ ਤੋਂ ਸਾਂਭਿਆ ਨਹੀਂ ਜਾ ਰਿਹਾ ਹੈਗਾ। ਕਿਵੇਂ ਘਰ ਦੀ ਸਥਿਤੀ ਕਿਵੇਂ ਹੈਗੀ? ਘਰ ਦੀ ਸਥਿਤੀ ਭਾਅ ਜੀ ਮਾੜੀ ਹੈ। ਦੇਖੋ ਜਿਹੜੇ ਘਰਾਂ 'ਚ ਪਾਣੀ ਵੜ ਗਿਆ ਉਹਨਾਂ ਦੇ ਬੀਮ ਤੱਕ ਬਹਿ ਗਏ ਆ, ਤੂੜੀਆਂ ਵਾਲੇ ਸ਼ੈੱਡ ਢਹਿ ਗਏ ਆ, ਕੁਛ ਜਿਵੇਂ ਮਾੜਾ ਮੋਟਾ ਬਚਾਅ ਸੀ ਉਹ ਜਿਵੇਂ ਹੈਲੀਕਾਪਟਰ ਨਹੀਂ ਆਏ, ਹੈਲੀਕਾਪਟਰ ਰਾਸ਼ਨ ਸਿੱਟਿਆ, 2 ਸ਼ੈੱਡ ਸਾਡੇ ਉਹਨਾਂ ਨੇ ਸਿੱਟੇ, ਇੱਕ ਸਾਡਾ ਬਾਲਿਆਂ ਵਾਲਾ ਸੀਗਾ ਕਮਰਾ ਉਹਦੇ ਵਿੱਚ ਮੋਰਾ ਕਰਤਾ, ਬਾਲਾ 'ਤੇ ਇੱਕ ਨਹੀਂ ਪੈਂਦਾ ਗਰੀਬ ਬੰਦੇ। ਹੁਣ ਵੇਖੋ ਸਾਡੀ
ਆਪਦੀ ਜ਼ਿਆਦਾ ਨਹੀਂ ਤਾਂ 50 ਲੱਖ ਦੀ ਫਸਲ ਸਾਡੀ ਮਰ ਗਈ ਆਪਦੇ ਜਿੰਨੇ ਕੁ ਜੀ ਅਸੀਂ ਵੀ ਸਾਡਾ ਪਰਿਵਾਰ ਆ ਸਾਰਾ ਏ ਮੁੰਡੀ ਕਾਲੂ ਅਤੇ ਇੱਥੇ ਪ੍ਰਸ਼ਾਸਨ ਦਾ ਕੋਈ ਅੱਜ ਤੱਕ ਨਹੀਂ ਪਹੁੰਚਿਆ ਜੇ ਕੋਈ ਰਾਹਤ ਨਹੀਂ ਸਾਨੂੰ ਮਿਲੀ ਅਤੇ ਪਾਣੀ ਇਹਨਾਂ ਜਾਣ ਬੁੱਝ ਕੇ ਛੱਡਿਆ ਵੇਖੋ ਪਾਣੀ ਜਿਹੜੀਆਂ ਬਠਿੰਡੇ ਨੂੰ ਦੋਵੇਂ ਨਹਿਰਾਂ ਰੋਪੜ ਤੋਂ ਜਾਂਦੀਆਂ ਭਾਈ ਉਹ ਦੋਵੇਂ ਬੰਦ ਸੀ ਉਹ ਬੰਦ ਹੋਣ ਦੇ ਕਾਰਨ ਹੀ ਓਵਰਫਲੋ ਹੋਇਆ ਵਾ ਅਤੇ ਇਹ ਜਿਹੜੀ ਜਲੰਧਰ ਤੋਂ ਵਹੀ ਆਉਂਦੀ ਆ ਇਹਦੀ ਖਲਾਈ ਨਹੀਂ ਇਹਦੀ ਖਲਾਈ ਹੋਣੀ ਚਾਹੀਦੀ ਆ ਕਿੱਥੇ ਨਾ ਕਿੱਥੇ ਪ੍ਰਸ਼ਾਸਨ ਦੇ ਵੱਲੋਂ ਪਹਿਲਾਂ ਤੋਂ ਹੀ ਪੁਖਤਾ ਕਦਮ ਜਿਹੜੇ ਨੇ ਉਹ ਨਹੀਂ ਚੁੱਕੇ ਗਏ ਜੇ ਸਫਾਈ ਹੋਈ ਹੁੰਦੀ ਵਹੀ ਦੀ ਜੇ ਨਾਲੀਆਂ ਜੇ ਡਰੇਨੇਜ ਸਾਫ਼ ਹੁੰਦੀਆਂ ਤਾਂ ਸ਼ਾਇਦ ਆਹ ਦਿਨ ਨਾ ਦੇਖਣਾ ਪੈਂਦਾ ਪਰ ਗੱਲ ਕਰੀਏ ਹੁਣ ਮੌਜੂਦਾ ਹਾਲਾਤਾਂ ਦੀ ਤਾਂ ਇਹ ਮੌਜੂਦਾ ਹਾਲਾਤ ਬਦ ਤੋਂ ਬਦਤਰ ਹੁੰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਪਾਣੀ ਭਾਵੇਂ ਘਟਣਾ ਸ਼ੁਰੂ ਹੋ ਚੁੱਕਿਆ ਪਰ ਉਸ ਤੋਂ ਬਾਅਦ ਗੰਦਗੀ ਬਿਮਾਰੀਆਂ ਜਿਹੜੀਆਂ ਆ ਰਹੀਆਂ ਨੇ ਉਸ ਦੇ ਨਾਲ ਲੋਕ ਕਾਫ਼ੀ ਪਰੇਸ਼ਾਨ ਹੋ ਰਹੇ ਨੇ ਕੈਮਰਾਮੈਨ ਕ੍ਰਿਸ਼ਨਾ ਦੇ ਨਾਲ ਗਗਨਦੀਪ ਸਿੰਘ ਇੰਡੀਆ ਨਿਊਜ਼ ਪੰਜਾਬ